ਸਤਿ ਸ਼੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਟਿਵ ਵਾਈ ਪੰਜਾਬ ਦੇ ਉੱਤੇ। ਲਾਸਟ ਮੂਮੈਂਟ ਦੇ ਵਿੱਚ ਆਪਾਂ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਏ ਹਾਂ ਤੁਹਾਡੀ ਰਿਵੀਜ਼ਨ ਵਾਸਤੇ, ਜਿਹਦੇ ਵਿੱਚ ਸਭ ਤੋਂ ਵੱਧ ਕਨਫਿਊਜ਼ਨ ਹੋ ਰਹੀ ਸੀਗੀ ਸਟੂਡੈਂਟ ਨੂੰ, ਅਤੇ ਮੇਰੇ ਕੋਲ ਕਾਫੀ ਕਮੈਂਟਸ ਆ ਰਹੇ ਸੀ ਬੱਚਿਆਂ ਦੇ ਕਿ ਸਰ IT ਲਾਅ ਦੇ ਜਿਹੜੇ ਸੈਕਸ਼ਨ ਹੈਗੇ ਆ ਉਹ ਸਾਨੂੰ ਸਮਝ ਨਹੀਂ ਆ ਰਹੇ ਵੀ ਕਿਹੜੇ ਸੈਕਸ਼ਨ ਦੇ ਵਿੱਚ ਕੀ ਕੁਛ ਪੜ੍ਹਨਾ ਜਾਂ ਕੀ ਕੁਛ ਕਵਰ ਕਰਨਾ। ਤਾਂ ਤੁਹਾਡੀ ਹੈਲਪ ਵਾਸਤੇ ਬੇਟਾ ਇਹ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਮੋਸਟ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਕਿ ਵਾਰ ਵਾਰ ਐਗਜ਼ਾਮ 'ਚ ਪੁੱਛੀਆਂ ਜਾਂਦੀਆਂ। ਹੁਣੇ ਜੇ ਪਿੱਛੇ ਜੇ ਜਿਹੜਾ PSTCL ਦਾ ਐਗਜ਼ਾਮ ਹੋਇਆ ਰਾਜੇ, ਉਹਦੇ ਵਿੱਚ ਵੀ ਪੁੱਛਿਆ ਗਿਆ ਤੁਹਾਡਾ ਮਤਲਬ ਕਿ ਰਿਗਾਰਡਿੰਗ IT ਲਾਅ ਵਗੈਰਾ, ਠੀਕ ਹੈ। ਤਾਂ ਹੋ ਸਕਦਾ ਵੀ ਪਟਵਾਰੀ ਦੇ ਵਿੱਚ ਵੀ ਪੁੱਛਿਆ ਜਾਵੇ। ਅਤੇ ਆਪਾਂ ਅੱਜ ਕਵਰ ਕਰਦੇ ਹਾਂ ਮੋਸਟ ਇੰਪੋਰਟੈਂਟ ਸੈਕਸ਼ਨਸ ਕਵਰ ਕਰਦੇ ਹਾਂ ਜਾਂ ਕੁਛ ਟਰਮਸ ਹੈਗੀਆਂ ਨੇ ਜਿਹੜੀਆਂ ਕਿ ਪੁੱਛੀਆਂ ਜਾ ਸਕਦੀਆਂ ਨੇ ਆਪਣੇ ਪਟਵਾਰੀ ਐਗਜ਼ਾਮ ਦੇ ਵਿੱਚ। ਅਤੇ ਵੀਡੀਓ ਨੂੰ ਭਾਈ ਸਾਰਿਆਂ ਨੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜਿਹੜੇ ਬੱਚੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਸਟਾਰਟ ਕਰਦੇ ਹਾਂ ਰਾਜੇ। ਫਸਟ ਆਪਾਂ ਦੇਖਦੇ ਹਾਂ, ਦੇਖੋ ਸਾਈਬਰ ਲਾਅ ਕਦੋਂ ਆਏ ਆ। ਜੇ ਲਾਅ ਉਦੋਂ ਬਣਦਾ ਜਦੋਂ ਕੋਈ ਕ੍ਰਾਈਮ ਹੁੰਦਾ। ਅਤੇ ਪਹਿਲਾਂ ਸਭ ਤੋਂ ਪਹਿਲਾਂ ਕੀ ਹੋਇਆ ਸੀ ਰਾਜੇ, ਸਾਈਬਰ ਕ੍ਰਾਈਮ ਆਇਆ ਸੀਗਾ ਜਦੋਂ ਮੰਨ ਲਓ ਕਿ ਇੰਟਰਨੈਟ ਕਾਫੀ ਫੇਮਸ ਹੋ ਗਿਆ ਸੀਗਾ ਉਸ ਟਾਈਮ 'ਤੇ, ਫਿਰ ਕ੍ਰਾਈਮ ਆਉਣੇ ਸ਼ੁਰੂ ਹੋ ਗਏ। ਤਾਂ ਪੁੱਛਿਆ ਕੀ ਜਾ ਸਕਦਾ ਤੁਹਾਨੂੰ, ਦੇਖੋ ਪੁੱਛਿਆ ਇਹ ਜਾ ਸਕਦਾ ਵੀ ਸਾਈਬਰ ਕ੍ਰਾਈਮ ਕੀ ਹੁੰਦਾ, ਸਾਈਬਰ ਸਪੇਸ ਕੀ ਹੁੰਦਾ। ਮੈਂ ਸਭ ਕੁਝ ਕਰਾਇਆ ਹੋਇਆ ਤੁਹਾਨੂੰ, ਠੀਕ ਹੈ। ਸਾਈਬਰ ਸਪੇਸ ਹੁੰਦਾ ਵੀ ਮੰਨ ਲਓ ਆਨਲਾਈਨ ਕੋਈ ਵੀ ਆਪਾਂ ਕੰਮ ਕਰਦੇ ਹਾਂ, ਹੈ ਨਾ, ਉਹਨੂੰ ਸਭ ਨੂੰ ਸਾਈਬਰ ਸਪੇਸ ਮੰਨਿਆ ਜਾਂਦਾ। ਚਾਹੇ ਕੋਈ ਇੰਟਰਨੈਟ ਹੈ, ਚਾਹੇ ਉਹ ਕੋਈ ਵੈਬਸਾਈਟ ਹੈ, ਚਾਹੇ ਕੋਈ ਈਮੇਲ ਦਾ ਕੰਮ ਕਰ ਰਹੇ ਹਾਂ, ਆਪਾਂ ਸਭ ਕੁਝ ਸਾਈਬਰ ਸਪੇਸ ਦੇ ਅੰਡਰ ਆਉਂਦਾ। ਹੁਣ ਗੱਲ ਕਰਦੇ ਹਾਂ ਵੀ ਜਿਹੜੀ ਸਾਈਬਰ ਕ੍ਰਾਈਮ ਦਾ ਟਰਮ ਹੈਗੀ ਆ, ਜਿਹੜੀ ਸਾਈਬਰ ਕ੍ਰਾਈਮ, ਇਹ ਕਿਹਨੇ ਮਤਲਬ ਕਿ ਪ੍ਰਪੋਜ਼ਡ ਕੀਤੀ ਸੀਗੀ। ਤਾਂ ਦੋ ਬੰਦਿਆਂ ਦਾ ਨਾਮ ਆਉਂਦਾ ਰਾਜੇ, ਸੈਸਮੈਨ ਅਤੇ ਇੱਕ ਬੰਦਾ ਹੈਗਾ ਸੈਸਮੈਨ ਅਤੇ ਇੱਕ ਹੈਗਾ ਹਸਟਨ, ਇਹ ਦੋਵਾਂ ਦਾ ਨਾਮ ਆਉਂਦਾ। ਇਹ ਬੰਦਿਆਂ ਨੇ, ਦੋਨਾਂ ਨੇ ਕੀ ਕੀਤੀ ਸੀ, ਪ੍ਰਪੋਜ਼ ਕੀਤੀ ਸੀਗੀ ਇਹ ਟਰਮ ਸਾਈਬਰ ਕ੍ਰਾਈਮ ਕਦੋਂ ਕੀਤੀ ਸੀਗੀ, 1995 ਦੇ ਵਿੱਚ। ਹੋ ਸਕਦਾ ਤੁਹਾਨੂੰ ਪੁੱਛਿਆ ਜਾਵੇ, ਤਾਂ ਇਹ ਯਾਦ ਕਰ ਲੈਣਾ, ਇੱਕ ਸਟੈਟਿਕ ਫੈਕਟ ਹੈ, ਠੀਕ ਹੈ ਜੀ। ਦੋ ਬੰਦਿਆਂ ਦਾ ਨਾਮ ਆਇਆ, ਸੈਸਮੈਨ ਅਤੇ ਹਸਟਨ। ਅੱਗੇ ਗੱਲ ਕਰਦੇ ਹਾਂ ਆਪਾਂ, ਹੁਣ ਆਪਾਂ ਦੇਖਦੇ ਹਾਂ ਰਾਜੇ, ਜਿਹੜੇ ਸਾਈਬਰ ਕ੍ਰਾਈਮ ਦੇ ਵਿੱਚ ਆਪਾਂ ਕਲਾਸੀਫਿਕੇਸ਼ਨ ਦੇਖਦੇ ਹਾਂ ਵੀ ਕੀ ਕੀ ਟਰਮਸ ਹੈਗੀਆਂ ਨੇ ਜਿਨ੍ਹਾਂ ਤੋਂ ਕੁਸ਼ਚਨ ਆ ਸਕਦਾ, ਹੈ ਨਾ। ਇੱਕ ਪ੍ਰੈਡਿਕਸ਼ਨ ਹੈ ਕਿ ਮੋਸਟ ਪ੍ਰੋਬਬਲੀ ਇਹ 'ਤੇ ਕੁਸ਼ਚਨ ਪੱਕਾ ਆਊਗਾ। ਹੁਣ ਆਪਾਂ ਜਿਵੇਂ ਗੱਲ ਕਰਦੇ ਹਾਂ ਈਮੇਲ ਦੇ ਰਿਲੇਟਿੰਗ, ਵੈਸੇ ਤਾਂ ਈਮੇਲ ਦੀ 1 ਘੰਟੇ ਦੀ ਵੀਡੀਓ ਪਈ ਆਪਣੇ ਚੈਨਲ 'ਤੇ, ਪਲੀਜ਼ ਉਹ ਜ਼ਰੂਰ ਵੇਖ ਲਿਓ ਜਿਹਨੇ ਨਹੀਂ ਦੇਖੀਗੀ, ਕਿਉਂਕਿ ਉਹਦੇ ਵਿੱਚੋਂ ਕਾਫੀ ਕੁਸ਼ਚਨ ਨਿਕਲ ਕੇ ਆਉਂਦੇ ਆ। ਪ੍ਰੋਟੋਕੋਲ ਹੋ ਗਿਆ, CC ਹੋ ਗਿਆ, BCC ਹੋ ਗਿਆ, ਠੀਕ ਹੈ। ਫਿਲਹਾਲ ਆਪਾਂ ਜਿਹੜੀ ਚੀਜ਼ ਕਵਰ ਕਰਨੀ ਆ ਆਪਾਂ IT ਲਾਅ ਦੇ ਰਿਗਾਰਡਿੰਗ ਕਰਨੀ ਹੈ। ਹੁਣ IT ਲਾਅ ਦੇ ਰਿਗਾਰਡਿੰਗ ਆਪਾਂ ਪਹਿਲੀ ਗੱਲ ਕਰਦੇ ਹਾਂ, ਪਹਿਲਾ ਹੈਗਾ ਜੀ ਈਮੇਲ ਸਪੂਫਿੰਗ। ਈਮੇਲ ਸਪੂਫਿੰਗ ਕੀ ਹੁੰਦਾ ਰਾਜੇ? ਈਮੇਲ ਸਪੂਫਿੰਗ ਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਆਪਣੇ ਕੋਲੇ ਕੋਈ ਮੇਲ ਆਉਂਦੀ ਹੈ, ਆਪਣੇ ਕੋਲੇ ਕੋਈ ਮੈਸੇਜ ਆ ਗਿਆ, ਮੇਲ ਆ ਗਿਆ, ਆਪਾਂ ਨੂੰ ਐਂ ਲੱਗਦਾ ਵੀ ਆਪਣੇ ਕਿਸੇ ਜਾਣਕਾਰ ਪਰਸਨ ਨੇ ਭੇਜੀ ਹੈ, ਠੀਕ ਹੈ, ਨੋਨ ਪਰਸਨ ਨੇ ਭੇਜੀ ਹੈ। ਐਕਚੁਅਲ ਦੇ ਵਿੱਚ ਉਹ ਜਾਣਕਾਰ ਪਰਸਨ ਨੇ ਨਹੀਂ ਭੇਜੀ ਹੁੰਦੀ, ਕਿਸੇ ਥਰਡ ਪਾਰਟੀ ਬੰਦੇ ਨੇ ਭੇਜੀ ਹੁੰਦੀ ਹੈ, ਐਂ ਕਹਿ ਲਓ ਵੀ ਹੈਕਰ ਨੇ ਭੇਜੀ ਹੁੰਦੀ ਹੈ, ਠੀਕ ਹੈ। ਆਪਾਂ ਨੂੰ ਕੀ ਲੱਗਦੀ ਹੈ ਵੀ ਉਹ ਬਿਲਕੁਲ ਜੈਨੂਅਨ ਹੈ, ਐਕਚੁਅਲ ਹੈ, ਬਟ ਉਹ ਐਕਚੁਅਲ ਨਹੀਂ ਹੁੰਦੀਗੀ, ਠੀਕ ਹੈ ਜੀ। ਉਹ ਕੀ ਹੁੰਦੀ ਹੈ? ਥਰਡ ਪਾਰਟੀ ਵੱਲੋਂ ਭੇਜੀ ਜਾਂਦੀ ਹੈ, ਤਾਂ ਇਹਨੂੰ ਕਹਿ ਦਿੰਦੇ ਆ ਜੀ ਈਮੇਲ ਸਪੂਫਿੰਗ ਕਹਿ ਦਿੰਦੇ ਆ। ਤਾਂ ਆਪਾਂ ਪੜ੍ਹ ਲੈਂਦੇ ਹਾਂ ਰਾਜੇ, ਤਾਂ ਮਤਲਬ ਕੀ ਹੈ, ਕਹਿੰਦਾ ਦਿਸ ਮੀਨਸ ਦੈਟ ਦਾ ਮੈਸੇਜ ਅਪੀਅਰ ਟੂ ਹੈਵ ਰਿਸੀਵਡ ਫਰੋਮ ਦਾ ਸਮਵਨ ਔਰ ਸਮਵੇਅਰ ਅਦਰ ਦੈਨ ਦਾ ਜੈਨੂਅਨ ਔਰ ਐਕਚੁਅਲ ਸੋਰਸ, ਠੀਕ ਹੈ ਜੀ। ਐਕਚੁਅਲ ਸੋਰਸ ਤੋਂ ਵਿਦਾਊਟ ਕਿਸੇ ਥਰਡ ਪਾਰਟੀ ਤੋਂ ਮੇਲ ਆਉਣੀ ਹੈ, ਉਹਨੂੰ ਕਹਿ ਦਿੰਦੇ ਆ ਈਮੇਲ ਸਪੂਫਿੰਗ। ਆਈ ਹੋਪ ਤੁਹਾਨੂੰ ਇਹ ਟਰਮ ਕਲੀਅਰ ਹੋ ਗਈ ਹੋਊਗੀ। ਨੈਕਸਟ ਜੀ, ਇਹ ਤੋਂ ਪੀਟਰ ਪਲੱਸ ਬੋਰਡ ਬਹੁਤ ਕੁਸ਼ਚਨ ਪੁੱਛਦਾ ਰਾਜੇ, ਸਪੈਮਿੰਗ। ਸਪੈਮਿੰਗ ਕੀ ਹੁੰਦਾ? ਬੇਸਿਕਲੀ ਇਹ ਕੋਈ ਮਤਲਬ ਕਿ ਮਤਲਬ ਐਂ ਨਹੀਂ ਕਹਿ ਸਕਦੇ ਵੀ ਹੈਕਿੰਗ ਨਹੀਂ ਹੈਗੀਗੀ, ਇਹ ਜਸਟ ਇੱਕ ਐਂ ਕਹਿ ਸਕਦੇ ਹਾਂ ਵੀ ਅਨਵਾਂਟਿਡ ਮੈਸੇਜ ਆ ਜਾਂਦੇ ਆਪਾਂ ਨੂੰ, ਜਿਹਨੂੰ ਆਪਾਂ ਜੰਕ ਮੇਲਸ ਕਹਿ ਦਿੰਦੇ ਹਾਂ, ਅਨਸੋਲੀਕੇਟਿਡ ਮੇਲ ਕਹਿ ਦਿੰਦੇ ਹਾਂ। ਇਹ ਕੰਪਨੀਜ਼ ਕੀ ਕਰਦੀਆਂ ਨੇ? ਆਪਾਂ ਨੂੰ ਭੇਜਦੀਆਂ ਨੇ ਕਾਹਦੇ ਵਾਸਤੇ? ਐਡਵਰਟਾਈਜ਼ਮੈਂਟ ਪਰਪਸ ਵਾਸਤੇ ਭੇਜਦੀਆਂ, ਆਪਣੀ ਸੇਲ ਵਾਸਤੇ ਭੇਜਦੀਆਂ, ਉਹਨੂੰ ਕਹਿ ਦਿੰਦੇ ਆ ਜੀ ਈਮੇਲ ਸਪੈਮ।
ਅਤੇ ਸਪੈਮ ਨਾਮ ਦਾ ਅਲੱਗ ਫੋਲਡਰ ਵੀ ਬਣਿਆ ਹੁੰਦਾ ਆਪਣੇ ਮੇਲ ਦੇ ਵਿੱਚ, ਠੀਕ ਹੈ ਜੀ, ਮੇਲ ਬਾਕਸ ਦੇ ਵਿੱਚ। ਤਾਂ ਇਹਨੂੰ ਪੜ੍ਹ ਲੈਂਦੇ ਆਪਾਂ, ਕਹਿੰਦਾ ਵੀ ਈਮੇਲ ਸਪੈਮ, ਕਹਿੰਦਾ ਵਿਚ ਇਜ਼ ਅਦਰਵਾਈਜ਼ ਕਾਲਡ ਐਜ਼ ਏ ਜੰਕ ਈਮੇਲ, ਅਨਸੋਲੀਕੇਟਿਡ ਮੇਲਸ ਕਹਿ ਸਕਦੇ ਹਾਂ ਆਪਾਂ, ਜਾਂ ਮਾਸ ਮੈਸੇਜ। ਜਿਹੜੇ ਮਾਸ ਮੈਸੇਜ ਦਾ ਮਤਲਬ ਹੁੰਦਾ ਕਿ ਬਹੁਤ ਸਾਰੀਆਂ ਜਿਹੜੇ ਮੈਸੇਜ ਹੈਗੇ ਅਨਵਾਂਟਿਡ ਮੈਸੇਜ ਆਪਾਂ ਨੂੰ ਆਉਂਦੇ ਰਹਿੰਦੇ ਹੈ, ਕਾਹਦੇ ਵਾਸਤੇ, ਸੇਲ ਪਰਪਸ ਵਾਸਤੇ, ਐਡਵਰਟਾਈਜ਼ਮੈਂਟ ਵਾਸਤੇ, ਠੀਕ ਹੈ ਜੀ, ਇਹਨੂੰ ਕਹਿ ਦਾਂਗੇ ਸਪੈਮਿੰਗ ਕਹਿ ਦਾਂਗੇ, ਠੀਕ ਹੈ। ਜੰਕ ਮੇਲਸ ਵੀ ਕਹਿ ਦਿੰਦੇ ਆ ਅਤੇ ਅਨਸੋਲੀਕੇਟਿਡ ਮੈਸੇਜ ਵੀ ਕਿਹਾ ਜਾਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਨੈਕਸਟ ਟਰਮ ਆ ਗਈ ਜਿਹੜੀ ਆਪਣੇ ਕੋਲ, ਆ ਗਈ ਫਿਸ਼ਿੰਗ, ਠੀਕ ਹੈ ਜੀ। ਫਿਸ਼ਿੰਗ ਕੀ ਚੀਜ਼ ਹੈ? ਹੁਣ ਫਿਸ਼ਿੰਗ ਕੀ ਚੀਜ਼ ਹੈ ਬੇਟੇ? ਇਹਦੇ ਵਿੱਚ ਮਤਲਬ ਕਿ ਜਿਹੜਾ ਅਟੈਕਰ ਹੁੰਦਾ, ਜਾਂ ਆਪਾਂ ਕਹਿ ਲਓ ਵੀ ਜਿਹੜੇ ਬੰਦੇ ਨੇ ਆਪਣੇ 'ਤੇ ਅਟੈਕ ਕੀਤਾ, ਜਾਂ ਹੈਕਰ ਕਹਿ ਲਓ ਉਹਨੂੰ, ਠੀਕ ਹੈ ਜੀ, ਉਹ ਕੋਸ਼ਿਸ਼ ਕੀ ਕਰਦਾ ਆਪਣਾ, ਉਹ ਆਪਣੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਸੈਂਸਿਟਿਵ ਇਨਫੋਰਮੇਸ਼ਨ ਕੀ ਹੋ ਸਕਦੀ ਹੈ? ਆਪਣੀ ਲੌਗਇਨ ਇਨਫੋਰਮੇਸ਼ਨ ਹੋ ਸਕਦੀ ਹੈ, ਠੀਕ ਹੈ ਜੀ, ਜਿਹੜਾ ਆਪਣਾ ਲੌਗਇਨ ਡਿਟੇਲ ਹੋਊਗੀ, ਆਈਡੀ ਹੋ ਗਿਆ, ਆਪਣਾ ਪਾਸਵਰਡ ਹੋ ਗਿਆ, ਠੀਕ ਹੈ ਜੀ, ਜਾਂ ਮੰਨ ਲਓ ਕੋਈ ਆਪਣਾ ਮੇਲ ਐਡਰੈਸ ਹੋ ਗਿਆ, ਜਾਂ ਮੇਲ ਦਾ ਆਈਡੀ ਹੋ ਗਿਆ, ਪਾਸਵਰਡ ਹੋ ਗਿਆ, ਮਤਲਬ ਕਿ ਜਿੰਨੀਆਂ ਵੀ ਸੈਂਸਿਟਿਵ ਇਨਫੋਰਮੇਸ਼ਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹ ਕਿਸ 'ਚ ਕੀਤੀ ਜਾਊਗੀ? ਫਿਸ਼ਿੰਗ ਦੇ ਵਿੱਚ ਕੀਤੀ ਜਾਊਗੀ, ਠੀਕ ਹੈ ਜੀ। ਤਾਂ ਪੜ੍ਹ ਲਓ ਇਹਨੂੰ ਇੱਕ ਵਾਰੀ, ਕੀ ਕਹਿੰਦਾ ਵੀ ਇਨ ਦਿਸ ਟਾਈਪ ਆਫ ਕ੍ਰਾਈਮਸ ਔਰ ਫਰੋਡ ਦ ਅਟੈਕਰ ਟ੍ਰਾਈਜ਼ ਟੂ ਗੇਨ ਦ ਇਨਫੋਰਮੇਸ਼ਨ ਸੱਚ ਐਜ ਏ ਲੌਗਇਨ ਇਨਫੋਰਮੇਸ਼ਨ, ਠੀਕ ਹੈ। ਜਾਂ ਫਿਰ ਆਪਣਾ ਕੀ ਮੰਨ ਲਓ ਕਿਸੇ ਦਾ ਕ੍ਰੈਡਿਟ ਕਾਰਡ ਹੈ, ਕਿਸੇ ਦਾ ਨੈੱਟ ਬੈਂਕਿੰਗ ਹੈ, ਕਿਸੇ ਦਾ ਡੈਬਿਟ ਕਾਰਡ ਹੈ, ਠੀਕ ਹੈ, ਜੋ ਮਰਜ਼ੀ ਚੀਜ਼ ਹੋਵੇ, ਮਤ ਕਹਿਣ ਦਾ ਭਾਵ ਜਿੰਨੀ ਵੀ ਆਪਣੀ ਪਰਸਨਲ ਅਤੇ ਪ੍ਰਾਈਵੇਸੀ ਵਾਲੀ ਇਨਫੋਰਮੇਸ਼ਨ ਹੈ ਉਸ ਨੂੰ ਚੋਰੀ ਕਰਨ ਦੀ ਅਗਰ ਕੋਈ ਕੋਸ਼ਿਸ਼ ਕਰੂਗਾ, ਉਹ ਜਿਹੜਾ ਕ੍ਰਾਈਮ ਹੈਗਾ ਉਹਨੂੰ ਕੀ ਕਿਹਾ ਜਾਂਦਾ? ਫਿਸ਼ਿੰਗ ਕਿਹਾ ਜਾਂਦਾ, ਠੀਕ ਹੈ ਜੀ। ਅਤੇ ਇਹ ਮਤਲਬ ਕਿ ਥਰੂ ਇਲੈਕਟ੍ਰੋਨਿਕ ਮੋਡ ਹੋਊਗਾ, ਜਾਂ ਆਪਾਂ ਨੂੰ ਕੋਈ ਮੇਲ ਆ ਸਕਦੀ ਹੈ, ਜਾਂ ਆਪਣੀ ਈਮੇਲ ਹੈਕ ਹੋ ਸਕਦੀ ਹੈ, ਠੀਕ ਹੈ ਜੀ, ਇਹ ਸਾਰੀ ਚੀਜ਼ਾਂ ਇਹਦੇ ਅੰਡਰ ਆ ਜਾਣਗੀਆਂ, ਫਿਸ਼ਿੰਗ ਦੇ ਅੰਡਰ ਆ ਜਾਣਗੀਆਂ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਈਮੇਲ ਬੌਂਬਿੰਗ। ਈਮੇਲ ਬੌਂਬਿੰਗ ਦੇ ਵਿੱਚ ਕੀ ਚੱਕਰ ਹੁੰਦਾ ਰਾਜੇ? ਈਮੇਲ ਬੌਂਬਿੰਗ ਦੇ ਵਿੱਚ ਐਂ ਕਹਿ ਸਕਦੇ ਹਾਂ ਆਪਾਂ, ਇਹ ਇੱਕ ਤਰ੍ਹਾਂ ਦਾ ਕੀ ਹੈਗਾ ਜੀ, ਇਹ ਅਬਿਊਜ਼ ਹੈ। ਅਬਿਊਜ਼ ਦਾ ਮਤਲਬ ਹੁੰਦਾ ਦੁਰਵਿਵਹਾਰ, ਠੀਕ ਹੈ, ਆਪਾਂ ਕਿਸੇ ਨਾਲ ਕੀ ਹੈ ਮਾੜਾ ਕਰਦੇ ਹਾਂ। ਹੁਣ ਇਹਦੇ ਵਿੱਚ ਨਾ ਕੋਈ ਬੰਦਾ ਮੰਨ ਲਓ ਆਪਣਾ, ਆਪਾਂ ਨੂੰ ਕੀ ਹੈ ਕੰਟੀਨਿਊਸਲੀ ਕੀ ਹੈ ਮੇਲ ਆਉਂਦੀ ਆ ਆਪਾਂ ਨੂੰ, ਠੀਕ ਹੈ, ਉਹ ਇੱਕ ਨਾ ਮਤਲਬ ਕਿ ਟ੍ਰਿਗਰ ਫਾਇਰ ਕੀਤਾ ਜਾਂਦਾ। ਟ੍ਰਿਗਰ ਕੀ ਹੁੰਦਾ? ਵੀ ਮੰਨ ਲਓ ਕੋਈ ਆਪਣੇ ਆਪ ਚੱਲਣ ਵਾਲੀ ਚੀਜ਼ ਹੁੰਦੀ ਹੈ, ਜਿਹੜੀ ਕਿ ਈਵੈਂਟ ਹੁੰਦੀ ਹੈ, ਫਾਇਰ ਹੋ ਜਾਂਦੀ ਹੈ। ਇਹਦੇ ਵਿੱਚ ਕੀ ਹੈ, ਮੰਨ ਲਓ ਕਿ ਮੇਰੇ ਮੇਲ ਬਾਕਸ ਦੇ ਵਿੱਚ ਇਕੱਠੀਆਂ ਕੀ ਹੈ 1000 ਮੈਸੇਜ ਆ ਗਏ, ਇਕੱਠੇ 1000 ਮੈਸੇਜ ਆ ਗਏ ਮੈਨੂੰ, ਠੀਕ ਹੈ ਜੀ, ਉਹਦੇ ਨਾਲ ਕੀ ਹੋ ਜੂਗਾ, ਮੇਰਾ ਮੇਲ ਬਾਕਸ ਫੁੱਲ ਹੋ ਜੂਗਾ। ਅਤੇ ਜਦੋਂ ਇਕੱਠੇ ਮੈਸੇਜ ਆ ਰਹੇ ਹੋਣਗੇ, ਯੂਜ਼ਰ ਕੀ ਕਰੂਗਾ, ਗਲਤੀ ਕਰਨ ਦੀ ਕੋਸ਼ਿਸ਼ ਕਰੂਗਾ, ਉਹ ਕਿਤੇ ਨਾ ਕਿਤੇ ਕਲਿੱਕ ਕਰ ਦੂਗਾ। ਜਦੋਂ ਕਲਿੱਕ ਕਰੂਗਾ ਤਾਂ ਜਿਹੜਾ ਉਹ ਕੋਈ ਲਿੰਕ ਹੁੰਦਾ ਉਹ ਕੀ ਹੁੰਦਾ, ਥਰਡ ਪਾਰਟੀ ਕੋਲ ਚਲਾ ਜਾਂਦਾ, ਜਿੱਥੇ ਆਪਣੀ ਸਾਰੀ ਇਨਫੋਰਮੇਸ਼ਨ ਚਲੀ ਜਾਊਗੀ, ਠੀਕ ਹੈ ਜੀ। ਇਹਨੂੰ ਕਹਿ ਦਿੰਦੇ ਆ ਈਮੇਲ ਬੌਂਬਿੰਗ, ਮਤਲਬ ਕਿ ਬੰਬ ਜਿਵੇਂ ਗਿਰਦੇ ਆ ਨਾ, ਬੰਬ ਕਿਵੇਂ ਗਿਰਦੇ ਆ, ਇਕੱਠੇ ਗਿਰਦੇ ਆ, 1 2 3 4 5 6, ਉਵੇਂ ਮਤਲਬ ਆਪਾਂ ਨੂੰ ਜਿਹੜੀ ਇਨਬੋਕਸ ਦੇ ਵਿੱਚ ਮੇਲਸ ਆਉਣਗੀਆਂ ਬਹੁਤ ਜ਼ਿਆਦਾ ਆ ਜਾਣਗੀਆਂ, ਜਿਹਦੇ ਕਰਕੇ ਆਪਣਾ ਜਿਹੜਾ ਮੇਲ ਬੋਕਸ ਦੀ ਮੈਮਰੀ ਹੈਗੀ ਉਹ ਫੁੱਲ ਹੋ ਜੂਗੀ, ਅਤੇ ਆਪਾਂ ਨੂੰ ਜਿਹੜੀ ਸਹੀ ਮੇਲ ਆ ਉਹ ਵੀ ਨਹੀਂ ਆਉਣੀਗੀ, ਅਤੇ ਆਪਾਂ ਜ਼ਿਆਦਾ ਮੇਲ ਆਉਣ ਕਰਨ ਕਰਕੇ ਕੀ ਹੋ ਜਾਵਾਂਗੇ, ਪਰੇਸ਼ਾਨ ਹੋ ਜਾਵਾਂਗੇ, ਅਤੇ ਆਪਾਂ ਗਲਤੀ ਕਰਾਂਗੇ, ਗਲਤੀ ਕਰਕੇ ਆਪਾਂ ਕੋਈ ਨਾ ਕੋਈ ਲਿੰਕ ਕਲਿੱਕ ਕਰਾਂਗੇ, ਜਿਹਦੇ ਨਾਲ ਕੀ ਹੋ ਜੂਗੀ, ਆਪਣੀ ਪਰਸਨਲ ਇਨਫੋਰਮੇਸ਼ਨ ਚੋਰੀ ਹੋਣ ਦੇ ਚਾਂਸਿਸ ਵੱਧ ਸਕਦੇ ਆ, ਠੀਕ ਹੈ ਜੀ। ਇਹਨੂੰ ਕਹਿ ਦਿੰਦੇ ਆ ਈਮੇਲ ਬੌਂਬਿੰਗ। ਚਲੋ ਜੀ, ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਊਗਾ। ਅੱਗੇ ਗੱਲ ਕਰਦੇ ਹਾਂ ਜੀ, ਇੱਕ ਕੁਸ਼ਚਨ ਬਹੁਤ ਪੁੱਛਿਆ ਜਾਂਦਾ, ਵੈਸੇ ਤਾਂ 99.9% ਤੁਹਾਨੂੰ ਫੁੱਲ ਫੋਰਮ ਪੁੱਛੀ ਜਾਊਗੀ। ਇੱਕ ਅਟੈਕ ਹੁੰਦਾ ਰਾਜੇ, ਨੈਟਵਰਕ ਦੇ ਉੱਪਰ ਇੱਕ ਅਟੈਕ ਕੀਤਾ ਜਾਂਦਾ ਜਿਹਨੂੰ ਕਹਿ ਦਿੰਦੇ ਆ DOS ਅਟੈਕ, ਠੀਕ ਹੈ ਜੀ, DOS, ਠੀਕ ਹੈ ਜੀ, ਇਹਨੂੰ ਡਿਨਾਈਲ ਆਫ ਸਰਵਿਸ ਅਟੈਕ ਵੀ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ ਜੀ? ਡਿਨਾਈਲ ਆਫ ਸਰਵਿਸ ਅਟੈਕ। ਹੁਣ ਤੁਹਾਨੂੰ ਮੈਂ ਦੱਸਦਾ ਇਹਦਾ ਚੱਕਰ ਕੀ ਹੁੰਦਾ। ਇਹਦਾ ਚੱਕਰ ਇਹ ਹੁੰਦਾ ਜੀ, ਜੇ ਦੇਖੋ ਮੰਨ ਲਓ ਆਹ ਹੈਗਾ ਜੀ ਸੈਂਟਰ PC, ਅਤੇ ਆਹ ਹੈਗਾ ਜੀ ਰਿਸੀਵਰ PC, ਅਤੇ ਕਾਫੀ ਸਾਰੇ ਰਿਸੀਵਰ ਹੋ ਸਕਦੇ ਆ, ਸੈਂਟਰ ਹੋ ਸਕਦੇ ਆ, ਬਟ ਆਪਾਂ ਸੈਂਟਰ 1 ਅਤੇ 2 ਦੀ ਗੱਲ ਹੀ ਕਰਾਂਗੇ। ਮੰਨ ਲਓ ਇਹਨੇ ਡਾਟਾ ਭੇਜਣਾ ਸੀਗਾ, ਠੀਕ ਹੈ ਜੀ, ਆਹ ਮੰਨ ਲਓ ਕਿ ਭੇਜਣ ਦਾ ਇੱਕ ਪਾਥ ਆਹ ਹੈਗਾ, ਇੱਕ ਪਾਥ ਆਹ, ਇੱਥੋਂ ਹੀ ਭੇਜ ਸਕਦੇ ਆ ਆਪਾਂ। ਮੰਨ ਲਓ ਦੋ ਤੋਂ ਤਿੰਨ ਚਾਰ ਪੰਜ ਪਾਥ ਨੇ, ਜਿੰਨੇ ਮਰਜ਼ੀ ਹੋ ਸਕਦੇ ਆ। ਹੁਣ ਮੰਨ ਲਓ ਇਸ 'ਤੇ ਪਹਿਲਾਂ ਟ੍ਰੈਫਿਕ ਬਹੁਤ ਸੀਗਾ, ਟ੍ਰੈਫਿਕ ਦਾ ਮਤਲਬ ਕੀ ਹੁੰਦਾ ਕਿ ਇੱਥੇ ਪਹਿਲਾਂ ਡਾਟਾ ਬਹੁਤ ਜ਼ਿਆਦਾ ਜਾ ਰਿਹਾ, ਤਾਂ ਹਮੇਸ਼ਾ ਡਾਟਾ ਜਾਊਗਾ ਕਿੱਥੇ, ਜਿੱਥੇ ਫ੍ਰੀ ਹੋਊਗਾ।
ਹੁਣ ਮੰਨ ਲਓ ਜਿਵੇਂ ਆਪਾਂ ਹਿਊਮਨ ਬੀਂਗ ਕੀ ਕਰਦੇ ਹਾਂ, ਮੰਨ ਲਓ ਆਪਾਂ ਮੰਨ ਲਓ ਚੰਡੀਗੜ੍ਹ, ਬਠਿੰਡੇ ਤੋਂ ਚੰਡੀਗੜ੍ਹ ਜਾਣਾ, ਮੰਨ ਲਓ ਪੇਪਰ ਦੇਣ ਜਾਣਾ ਪਟਵਾਰੀ ਦਾ ਬਠਿੰਡੇ ਤੋਂ ਚੰਡੀਗੜ੍ਹ, ਦੋ ਰਸਤੇ ਹੈਗੇ ਜਾਣ ਦੇ, ਇੱਕ ਰਸਤਾ ਇਹ ਇੱਕ ਰਸਤਾ ਇਹ ਹੈ, ਆਪਾਂ ਗੂਗਲ 'ਤੇ ਚੈੱਕ ਕੀ ਕਰਦੇ ਹਾਂ ਵੀ ਕਿੱਧਰ ਮੈਨੂੰ ਟਾਈਮ ਘੱਟ ਲੱਗੂਗਾ, ਡਿਸਟੈਂਸ ਘੱਟ ਲੱਗੂਗੀ ਜਾਂ ਟ੍ਰੈਫਿਕ ਘੱਟ ਹੋਊਗਾ, ਆਪਾਂ ਉਹ ਚੂਜ਼ ਕਰ ਲੈਂਦੇ ਹਾਂ। ਉਵੇਂ ਕੰਪਿਊਟਰ ਕੀ ਕਰਦਾ ਰਾਜੇ, ਮਲਟੀਪਲ ਪਾਥ ਦੇ ਵਿੱਚ ਨਾ ਇੱਕ ਐਲਗੋਰਿਥਮ ਲੱਗ ਜਾਂਦਾ, ਜਿਹੜਾ ਵੀ ਜਿਹੜਾ ਸਿੰਪਲ ਪਾਥ ਹੋਊਗਾ ਜਿੱਥੇ ਟ੍ਰੈਫਿਕ ਘੱਟ ਹੋਊਗਾ ਉਹ ਪਾਥ ਚੂਜ਼ ਕਰੂਗਾ ਸੈਂਟਰ ਹਮੇਸ਼ਾ। ਅਤੇ ਜਦੋਂ ਮੰਨ ਲਓ ਇੱਥੇ ਆਪਾਂ ਸਿਲੈਕਟ ਕਰਦੇ ਹਾਂ ਤਾਂ ਇੱਥੇ ਕੀ ਹੈ, ਜੇ ਮੰਨ ਲਓ ਡਾਟਾ ਜਿਹੜਾ ਜਾਂਦਾ ਰਾਜੇ ਉਹ ਪੈਕਟ ਦੀ ਫਾਰਮ 'ਚ ਜਾਂਦਾ। ਹੁਣ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ, ਪੈਕਟ ਦਾ ਮਤਲਬ ਕੀ ਹੈਗਾ ਕਿ ਡਾਟਾ ਐਂ ਜਾਊਗਾ, ਨਿੱਕੇ ਨਿੱਕੇ ਪਾਰਟਸ ਦੇ ਵਿੱਚ ਜਾਊਗਾ ਡਾਟਾ ਸੈਂਟਰ ਟੂ ਰਿਸੀਵਰ। ਹੁਣ ਇਹਦੇ ਵਿੱਚ ਕਰਦਾ ਕਿ ਜਿਹੜਾ ਹੈਕਰ ਹੁੰਦਾ, ਥਰਡ ਪਾਰਟੀ ਬੰਦਾ ਹੁੰਦਾ, ਉਹ ਕੀ ਕਰੂਗਾ ਰਾਜੇ ਸਾਰੇ ਕੀ ਆਪਣੇ ਪੈਕਟ ਛੱਡ ਦੂਗਾ ਇਹਦੇ ਵਿੱਚ, ਠੀਕ ਹੈ, ਕੀ ਕਰ ਦੂਗਾ ਐਕਸਟਰਾ ਪੈਕਟ ਜੋੜ ਦੂਗਾ। ਜਦੋਂ ਐਕਸਟਰਾ ਪੈਕਟ ਜੋੜ ਦੂਗਾ, ਜਿਹੜੀ ਆਹ ਚੈਨਲ ਹੈਗਾ ਇਹ ਇੰਨਾ ਹੈਵੀ ਹੋ ਜੂਗਾ, ਮਤਲਬ ਕਿ ਇਹਦੀ ਕਪੈਸਿਟੀ 'ਚ, ਮੰਨ ਲਓ ਇਹਦੀ ਕਪੈਸਿਟੀ ਕੀ ਹੈ, ਐਂ ਕਹਿ ਲਓ ਕੋਈ ਬੰਦਾ ਸੀਗਾ ਉਹਦੀ ਕਪੈਸਿਟੀ ਸੀਗੀ 10 ਕਿਲੋ ਭਾਰ ਚੱਕਣ ਦੀ, ਆਪਾਂ ਕੀ 10 ਕਿਲੋ ਭਾਰ ਚੱਕ ਕੇ ਉਹਨੂੰ ਤੋਰਤਾ, ਪਰ ਰਸਤੇ ਦੇ ਵਿੱਚ ਕੋਈ ਬੰਦਾ ਮਿਲ ਗਿਆ ਉਹਨੇ 10 ਕਿਲੋ ਹੋਰ ਪਾਤਾ, 10 ਕਿਲੋ ਹੋਰ ਪਾਤਾ, ਉਹਨੂੰ ਮਤਲਬ 40-50 ਕਿਲੋ ਭਾਰ ਕਰਤਾ, ਉਹ ਕੀ ਹੋ ਜੂਗਾ, ਸਲੋ ਹੋ ਜੂਗਾ। ਅਤੇ ਇੱਕ ਟਾਈਮ ਇਹ ਜਾਊਗਾ ਜਦੋਂ ਜ਼ਿਆਦਾ ਭਾਰ ਪੈ ਗਿਆ ਕਿ ਉਹ ਬੰਦਾ ਡਿੱਗੀ ਪਊਗਾ, ਵਿਚਾਰਾ ਮਾਰ ਵੀ ਸਕਦਾ। ਤਾਂ ਉਹੀ ਗੱਲ ਹੈ ਕਿ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਕੀ ਆ ਜਾਣਗੇ, ਫਰੇਮ ਆ ਜਾਣਗੇ, ਜ਼ਿਆਦਾ ਫਰੇਮ ਆਈ ਜਾਣਗੇ ਜਿਹੜੇ ਫਾਲਤੂ ਫਰੇਮ ਹੋਣਗੇ ਕੌਣ ਛੱਡੂਗਾ, ਹੈਕਰ ਛੱਡੂਗਾ। ਇਹ ਜਿਹੜਾ ਚੈਨਲ ਹੈਗਾ ਇੰਨਾ ਜ਼ਿਆਦਾ ਉਹ ਹੋ ਜਾਂਦਾ, ਹੈਵੀ ਹੋ ਜਾਂਦਾ ਕਿ ਕਈ ਵਾਰੀ ਕੀ ਹੁੰਦਾ, ਸੀਜ ਹੋ ਜਾਂਦਾ, ਹੈਕ ਹੋ ਜਾਂਦਾ, ਮੈਂ ਕਹਿ ਲਓ ਫਰੀਜ਼ ਹੋ ਜਾਂਦਾ। ਤਾਂ ਇੱਥੇ ਕੀ ਆ, ਮੇਨ ਮਕਸਦ ਕੀ ਹੁੰਦਾ ਅਟੈਕ ਕਰਨ ਦਾ, ਮਕਸਦ ਇਹੀ ਹੁੰਦਾ ਕਿ ਜਿਹੜਾ ਆਹ ਬੰਦਾ ਹੈਗਾ ਜਾਂ ਆਹ ਚੈਨਲ ਨੂੰ ਕੀ ਕਰਨਾ, ਹੈਕ ਕਰਨਾ ਜਾਂ ਇਹਨੂੰ ਕੀ ਆ, ਖਰਾਬ ਕਰਨਾ। ਇਹਨੂੰ ਕਹਿ ਦਿੰਦੇ ਆ ਜੀ DOS ਅਟੈਕ, ਡਿਨਾਇਲੇ ਆਫ ਸਰਵਿਸ ਅਟੈਕ ਹੈ। ਅਤੇ ਜ਼ਿਆਦਾਤਰ ਇਹ ਕਿਤੇ ਕਿਤੇ ਦਾ ਨੈਟਵਰਕ 'ਤੇ ਕੀਤਾ ਜਾਂਦਾ, ਇਹ ਯਾਦ ਰੱਖਣਾ, ਜ਼ਿਆਦਾਤਰ ਨੈਟਵਰਕ ਦਾ ਅਟੈਕ ਹੈ ਇਹ, ਠੀਕ ਹੈ ਜੀ। ਪਰ ਤੁਸੀਂ ਸਿਰਫ ਪੇਪਰ ਵਾਸਤੇ ਦੀ ਫੁੱਲ ਫਾਰਮ ਯਾਦ ਰੱਖ ਲਿਓ। ਅੱਗੇ ਹੈਗਾ ਜੀ ਸਲਾਮੀ ਅਟੈਕ, ਸਲਾਮੀ ਅਟੈਕ, ਠੀਕ ਹੈ ਜੀ। ਜਿਹੜਾ ਸਲਾਮੀ ਅਟੈਕ ਹੈਗਾ ਬੇਟੇ, ਇਹ ਕੀ ਕੀਤਾ ਜਾਂਦਾ, ਜਿਵੇਂ ਮੰਨ ਲਓ ਔਨਲਾਈਨ ਕੋਈ ਡਾਟਾਬੇਸ ਹੁੰਦਾ ਹੈ, ਡਾਟਾਬੇਸ ਸਮਝ ਕੇ, ਜਿਵੇਂ ਮੰਨ ਲਓ ਹੁਣ ਤੁਸੀਂ ਫੇਸਬੁੱਕ ਦੇ ਉੱਪਰ ਹੋ, ਸਾਰੇ ਜਾਣੇ ਫੇਸਬੁੱਕ 'ਤੇ ਜਾਂ ਕਿਸੇ ਵੀ ਵੈਬਸਾਈਟ ਦੇ ਉੱਪਰ ਹੋ, ਤੁਹਾਡੇ ਕੋਲ ਸਭ ਕੋਲ ID ਹੋਊਗੀ, ਪਾਸਵਰਡ ਹੋਊਗੀ। ਤਾਂ ਜਦੋਂ ਵੀ ਤੁਸੀਂ ਹਰ ਵਾਰੀ ਲੌਗਇਨ ਕਰਦੇ ਹੋ, ਤੁਹਾਡੀ ID ਅਤੇ ਪਾਸਵਰਡ ਮੈਚ ਹੁੰਦਾ। ਉਹ ਮੈਚ ਕਿਵੇਂ ਹੁੰਦਾ, ਕਿਉਂਕਿ ਉਹਦੇ ਬੈਕਐਂਡ 'ਤੇ ਕੀ ਹੁੰਦਾ, ਕਿ ਡਾਟਾਬੇਸ ਹੁੰਦਾ ਜਿਹਦੇ ਵਿੱਚ ਕੀ ਹੈ, ਤੁਹਾਡਾ ਸੇਵ ਹੁੰਦਾ ID ਪਾਸਵਰਡ। ਤਾਂ ਕੰਪਿਊਟਰ ਹਮੇਸ਼ਾ ਕੀ ਕਰੂਗਾ, ਮੈਚ ਕਰੂਗਾ, ਉਹਨੂੰ ਕਹਿ ਦਿੰਦੇ ਜੀ ਔਨਲਾਈਨ ਡਾਟਾਬੇਸ। ਤਾਂ ਇਹ ਜਿਹੜਾ ਅਟੈਕ ਹੈਗਾ ਰਾਜੇ, ਇਹਦੇ ਵਿੱਚ ਕੀ ਆ, ਔਨਲਾਈਨ ਡਾਟਾਬੇਸ ਦੇ ਵਿੱਚ ਮਤਲਬ ਕਿ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਮੰਨ ਲਓ ਕੋਈ SBI ਦੀ ਵੈਬਸਾਈਟ ਹੈਗੀ ਆ, ਜਿਵੇਂ ਨੈੱਟ ਬੈਂਕਿੰਗ ਹੈ, ਆਪਣਾ ID ਪਾਸਵਰਡ ਹੈ, ਜਾਂ ਕੋਈ ਕ੍ਰੈਡਿਟ ਕਾਰਡ ਦੀ ਡਿਟੇਲ ਹੈਗੀ ਆ, ਕੋਈ ਡੈਬਿਟ ਕਾਰਡ ਦੀ ਡਿਟੇਲ ਹੈਗੀ ਹੈ, ਇਹਦੇ ਵਿੱਚ ਕੀ ਕਰਨਗੇ, ਉਹ ਔਨਲਾਈਨ ਡਾਟਾਬੇਸ 'ਤੇ ਅਟੈਕ ਕਰਨਗੇ। ਇਹਨੂੰ ਕਹਿੰਦੇ ਜੀ ਸਲਾਮੀ ਅਟੈਕ। ਉਹ ਕਰਦੇ ਕਾਹਤੋਂ ਹੈਗੇ ਆ, ਇਨਫੋਰਮੇਸ਼ਨ ਚੋਰੀ ਕਰਨ ਵਾਸਤੇ, ਜਿਵੇਂ ਬੈਂਕ ਡਿਟੇਲ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਡਿਟੇਲ, ਠੀਕ ਹੈ ਜੀ, ਉਹਦੇ ਵਾਸਤੇ ਇਹ ਕੰਮ ਕੀਤਾ ਜਾਂਦਾ, ਉਹਨੂੰ ਕਹਿ ਦਿੰਦੇ ਆ ਜੀ ਸਲਾਮੀ ਅਟੈਕ। ਅੱਗੇ ਗੱਲ ਕਰਦੇ ਹਾਂ ਜੀ, ਨੈਕਸਟ ਵਰਡ ਹੈਗਾ ਜੀ ਆਪਣਾ ਫਰੋਜ਼ਰੀ। ਫਰੋਜ਼ਰੀ ਹੁੰਦਾ ਜੀ ਆਪਣਾ ਧੋਖਾਧੜੀ, ਠੀਕ ਹੈ। ਕੀ ਹੋ ਜਾਂਦਾ ਜੀ, ਧੋਖਾਧੜੀ ਪੰਜਾਬੀ 'ਚ ਕਹਿ ਦਿੰਦੇ ਆ। ਧੋਖਾਧੜੀ ਦੇ ਵਿੱਚ ਦੇਖੋ ਕੀ ਹੋ ਸਕਦਾ, ਫਾਲਸ ਡਾਕੂਮੈਂਟ। ਮੰਨ ਲਓ ਮੈਂ ਜਾਲੀ ਸਰਟੀਫਿਕੇਟ ਬਣਾ ਲਿਆ, ਹੁਣ ਤੁਸੀਂ ਦੇਖਦੇ ਹੋਵੋਗੇ ਸਰਕਾਰੀ ਨੌਕਰੀ ਕਰ ਦਿੰਦੇ ਕਈ ਬੰਦੇ ਜਾਲੀ ਸਰਟੀਫਿਕੇਟ ਬਣਾ ਕੇ। ਹੁਣ ਪਿੱਛੇ ਜੇ ਇੱਕ ਕੇਸ ਆਇਆ ਸੀ, ਇੱਕ ਬੰਦਾ ਦੇਖੋ ਸਬ ਇੰਸਪੈਕਟਰ ਬਣ ਕੇ ਕਿੰਨੇ ਸਾਲ ਜੋਬ ਕਰਦਾ ਰਿਹਾ, ਫੜਿਆ ਕਦੋਂ ਗਿਆ, ਜਦੋਂ ਉਹਦਾ ਵਿਆਹ ਹੀ ਕਿਸੇ ਸਬ ਇੰਸਪੈਕਟਰ ਨਾਲ ਹੋ ਗਿਆ, ਤਾਂ ਭਾਈ ਸਾਹਿਬ ਜੀ ਨੌਕਰੀ ਨਹੀਂ ਜਾਂਦੇ ਸੀ, ਘਰੇ ਬੈਠੇ ਰਹਿੰਦੇ ਸੀਗੇ, ਠੀਕ ਹੈ ਜੀ। ਉਹ ਜਿਵੇਂ ਫਾਲਸ ਡਾਕੂਮੈਂਟ ਦੇ ਥਰੂ ਕੀ ਕੀਤਾ, ਉਹਨੇ ਕੰਮ ਕੀਤਾ, ਉਹਨੂੰ ਕਹਿ ਦਿੰਦੇ ਜੀ ਧੋਖਾਧੜੀ ਕਰਨਾ। ਜਿਵੇਂ ਜਾਲੀ ਸਿਗਨੇਚਰ ਕਰਦੇ ਨੇ ਕਿਸੇ ਥਾਂ 'ਤੇ, ਜਾਲੀ ਕਰੰਸੀ ਬਣਾ ਦਿੰਦੇ, ਕਈ ਘਰੇ ਨੋਟ ਛਾਪਣ ਵਾਲੀ ਮਸ਼ੀਨ ਲਾ ਲੈਂਦੇ ਆ, ਜਾਲੀ ਸਟੈਂਪ ਬਣਾ ਲਈ, ਹੈ ਨਾ, ਰੈਵਨਿਊ ਸਟੈਂਪ ਬਣਾ ਲਈ, ਮਤਲਬ ਕਿ ਜਿੰਨੇ ਵੀ ਇਹ ਕੰਮ ਆ ਜਾਂਦੇ ਆ ਧੋਖਾਧੜੀ ਦੇ ਵਿੱਚ ਆ ਜਾਂਦੇ ਆ, ਠੀਕ ਹੈ ਜੀ, ਇਸ ਦੇ ਅੰਡਰ ਆਉਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਵੈੱਬ ਜੈਕਿੰਗ। ਵੈੱਬ ਜੈਕਿੰਗ ਦੇ ਵਿੱਚ ਕੀ ਆ ਜਾਂਦਾ ਰਾਜੇ, ਜਿਵੇਂ ਆਪਾਂ ਕਹਿੰਦੇ ਨੇ ਹਾਈਜੈਕ ਕਰ ਲਿਆ। ਹਾਈਜੈਕ ਦਾ ਮਤਲਬ ਕੀ ਹੁੰਦਾ, ਕਿਸੇ ਦੇ ਉੱਪਰ ਕੀ ਕਰ ਲਿਆ, ਕੰਟਰੋਲ ਕਰ ਲਿਆ। ਤਾਂ ਇਹਦੇ ਵਿੱਚ ਕੀ ਕਰਦੇ ਨੇ ਰਾਜੇ, ਜਿਹੜੇ ਅਟੈਕਰ ਹੁੰਦੇ ਨੇ ਨਾ, ਉਹ ਫੇਕ ਵੈਬਸਾਈਟ ਬਣਾ ਲੈਂਦੇ ਨੇ। ਜਿਹੜੇ ਅਟੈਕਰ ਆ, ਜਿਨ੍ਹਾਂ ਦਾ ਮਕਸਦ ਆ ਵੀ ਇਹ ਕੰਮ ਕਰਨਾ, ਆਪਾਂ ਜਿਹਨੂੰ ਹੈਕਰ ਕਹਿ ਸਕਦੇ ਹਾਂ, ਉਹ ਕੀ ਕਰਦੇ, ਇੱਕ ਫੇਕ ਵੈਬਸਾਈਟ ਬਣਾ ਲੈਂਦੇ ਆ। ਤਾਂ ਮੰਨ ਲਓ ਉਹ ਫੇਕ ਵੈਬਸਾਈਟ, ਐਂ ਕਹਿ ਲਓ ਕਲੋਨ ਬਣਾ ਲੈਂਦੇ, ਮੰਨ ਲਓ ਜਾਲੀ ਫੇਸਬੁੱਕ ਬਣਾ ਲਈ, ਆਪਾਂ ਨੂੰ ਲੱਗਦਾ ਵੀ ਸਹੀ ਹੈ। ਜਿਹੜੇ ਕਿਸੇ ਬੰਦੇ ਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਇੰਟਰਨੈਟ ਦੀ, ਉਹ ਕੀ ਕਰੂਗਾ, ਇਹਦੇ ਉੱਪਰ ਜਾਊਗਾ,
ਉਹਨੂੰ ਐਂ ਲੱਗਦਾ ਵੀ ਮੈਂ ਫੇਸਬੁੱਕ ਯੂਜ਼ ਕਰ ਰਿਹਾ, ਬਟ ਉਹ ਐਕਚੁਅਲ 'ਚ ਹੁੰਦੀ ਕੀ ਆ, ਫੇਕ ਵੈਬਸਾਈਟ ਹੁੰਦੀ ਹੈ। ਠੀਕ ਹੈ ਜੀ, ਫੇਕ ਵੈਬਸਾਈਟ ਹੁੰਦੀ ਹੈ। ਜਿਵੇਂ ਆਪਾਂ ਉੱਤੇ ਕਲਿੱਕ ਕਰਦੇ ਹਾਂ ਹਨਾ, ਜਿਵੇਂ ਆਪਾਂ ਉੱਤੇ ਕਲਿੱਕ ਕਰਦੇ ਹਾਂ ਤਾਂ ਆਪਾਂ ਕੀ ਚਾਹਾਂਗੇ, ਆਪਾਂ ਉਹਨਾਂ ਦੀ ਵੈਬਸਾਈਟ 'ਤੇ ਪਹੁੰਚ ਜਾਵਾਂਗੇ ਜਿੱਥੇ ਆਪਣੀ ਕੀ ਆ ਪਰਸਨਲ ਇਨਫੋਰਮੇਸ਼ਨ ਚੋਰੀ ਹੋਣ ਦਾ ਚਾਂਸਿਸ ਹੁੰਦੇ ਆ, ਜਿਹਦੇ ਕਰਕੇ ਆਪਣੀ ਕੀ ਹੈ ਕੋਈ ਡਿਟੇਲ ਹੋ ਗਈ, ਕੋਈ ਪਰਸਨਲ ਇਨਫੋਰਮੇਸ਼ਨ ਹੋ ਗਈ, ਉਹ ਚੋਰੀ ਹੋ ਸਕਦੀ ਹੈ। ਦੇਖਣ ਨੂੰ ਐਂ ਲੱਗੂਗੀ ਬਿਲਕੁਲ ਰੀਅਲ ਹੈ, ਬਟ ਰੀਅਲ ਨਹੀਂ ਹੁੰਦੀਗੀ। ਇਹਨੂੰ ਕਹਿ ਦਿੰਦੇ ਆ ਵੈੱਬ ਜੈਕਿੰਗ, ਹਾਈਜੈਕ ਕਰ ਲੈਣਾ। ਹੁਣ ਗੱਲ ਕਰਦੇ ਹਾਂ ਜੀ, ਹੁਣ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਸਾਰੀਆਂ ਕਿਹਦੇ ਅੰਡਰ ਆਉਂਦੀਆਂ ਨੇ, ਮਤਲਬ ਕਿ ਕ੍ਰਾਈਮ ਦੇ ਅੰਡਰ ਆਉਂਦੀਆਂ ਨੇ। ਹੁਣ ਇਹ ਕ੍ਰਾਈਮ ਨੂੰ ਰੋਕਣ ਵਾਸਤੇ ਕੀ ਹੁੰਦਾ ਬੇਟੇ, ਆਪਣੇ ਕੋਲ ਲਾਅ ਬਣੇ ਹੈਗੇ ਆ, ਦੋ ਲਾਅ ਨੇ ਆਪਣੇ ਕੋਲ। ਇੱਕ ਲਾਅ ਪਹਿਲਾਂ ਆਇਆ ਸੀਗਾ ਜਿਹਨੂੰ ਆਈਟੀ ਐਕਟ 2000 ਕਹਿੰਦੇ ਆ, ਠੀਕ ਹੈ ਜੀ, ਅਤੇ 2000 ਆਈਟੀ ਐਕਟ ਆਇਆ ਸੀਗਾ, 2007 ਦੇ ਵਿੱਚ ਆਇਆ ਸੀਗਾ। ਅਤੇ ਮੇਨ ਤੁਹਾਨੂੰ ਪੁੱਛਿਆ ਕੀ ਜਾਊਗਾ ਰਾਜੇ, ਜਿਹੜਾ ਪੁੱਛਿਆ ਜਾਂਦਾ ਵੀ ਇਹ ਨੋਟੀਫਾਈ ਕਦੋਂ ਹੋਇਆ ਸੀਗਾ, 17 ਅਕਤੂਬਰ 2000 ਨੂੰ ਨੋਟੀਫਾਈ ਹੋਇਆ ਸੀਗਾ। ਇਹ ਮੈਂ ਤੁਹਾਨੂੰ ਮੈਰਥਨ ਕਲਾਸ ਦੇ ਵਿੱਚ ਵੀ ਕਰਾਇਆ ਸੀਗਾ, ਉੱਥੇ ਮੇਰੇ ਤੋਂ ਗਲਤ ਟਿੱਕ ਹੋ ਗਿਆ ਸੀਗਾ, ਤਾਂ ਨੋਟ ਕਰ ਲਿਓ 17 ਅਕਤੂਬਰ ਹੈ, ਨਵੰਬਰ ਨਹੀਂ ਹੈਗਾ ਬੇਟੇ। 17 ਅਕਤੂਬਰ 2000 ਨੂੰ ਕੀ ਨੋਟੀਫਾਈ ਹੋਇਆ ਸੀਗਾ, ਠੀਕ ਹੈ ਜੀ, ਇਹ ਐਕਟ। ਨੋਟੀਫਾਈ ਦਾ ਮਤਲਬ ਹੁੰਦਾ ਲਾਗੂ ਕਰਨਾ, ਠੀਕ ਹੈ ਜੀ, ਲਾਗੂ ਹੋਇਆ ਸੀਗਾ। ਅਤੇ ਇਹਦੇ ਵਿੱਚ ਕੀ ਹੈ, ਜਿਹੜਾ ਇਹ ਲਾਅ ਹੈਗਾ ਬੇਟੇ, ਕਿਹੜੇ ਮਾਡਲ ਦੇ ਉੱਪਰ ਬੇਸ ਹੈ, ਮਤਲਬ ਕਿ ਆਪਣੇ ਇੰਡੀਆ ਦੇ ਤਾਂ ਬਾਅਦ 'ਚ ਆਈ ਹੈ ਚੀਜ਼, ਪਹਿਲਾਂ ਕਿੱਥੇ ਆਈ ਸੀਗੀ, ਯੂਨਾਈਟਿਡ ਨੇਸ਼ਨ ਦੇ ਵਿੱਚ ਆਈ ਹੋਈ ਹੈ। ਤਾਂ ਇੱਕ ਮਾਡਲ ਹੈਗਾ ਜੀ, ਯੂਨਾਈਟਿਡ ਨੇਸ਼ਨ ਮਾਡਲ ਲਾਅ ਔਨ ਇਲੈਕਟ੍ਰੋਨਿਕ ਕਮਰਸ 1996, ਠੀਕ ਹੈ ਜੀ, ਜਿਹਨੂੰ UNCITRL ਮਾਡਲ ਬੋਲਦੇ ਆ, ਉਹਦੇ ਉੱਪਰ ਬੇਸ ਹੈ। ਪੁੱਛਿਆ ਜਾ ਸਕਦਾ ਵੀ ਜਿਹੜਾ ਇੰਡੀਆ ਦਾ ਕਾਨੂੰਨ ਹੈਗਾ, ਆਈਟੀ ਐਕਟ, ਆਈਟੀ ਟੈਕਨੋਲੋਜੀ ਐਕਟ, ਠੀਕ ਹੈ ਜੀ, ਉਹ ਕਿਹੜੇ ਮਾਡਲ ਦੇ ਉੱਪਰ ਬੇਸ ਹੈ, ਤਾਂ ਯੂਨਾਈਟਿਡ ਨੇਸ਼ਨਸ ਮਾਡਲ ਲਾਅ ਔਨ ਦਾ ਇਲੈਕਟ੍ਰੋਨਿਕ ਕਮਰਸ 1996, ਠੀਕ ਹੈ ਜੀ। ਤਾਂ ਇਹ ਜਿਹੜਾ ਵੀ ਮਤਲਬ ਕਿ ਜਨਰਲ ਅਸੈਂਬਲੀ ਸੀਗੀ ਜਿਹੜੀ ਯੂਨਾਈਟਿਡ ਨੇਸ਼ਨ ਦੀ, ਉਹਨੇ 30 ਜਨਵਰੀ 1997 ਨੂੰ ਕੀ ਕੀਤਾ ਸੀਗਾ, ਇਹਨੂੰ ਰੈਜੂਲੇਸ਼ਨ ਪਾਸ ਕੀਤੀ ਸੀਗੀ। ਚਲੋ ਇੰਨਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਮਾਡਲ ਦਾ ਨਾਮ ਯਾਦ ਰੱਖ ਲਿਓ। ਹੁਣ ਆਪਾਂ ਗੱਲ ਕਰਦੇ ਹਾਂ ਮੋਸਟ ਇੰਪੋਰਟੈਂਟ ਚੀਜ਼ ਹੈ ਜਿਹੜੀ ਸੈਕਸ਼ਨ ਆਈਟੀ ਐਕਟ 'ਚ, ਸੈਕਸ਼ਨ 2000 ਦੇ ਸਭ ਤੋਂ ਵੱਧ ਪੁੱਛੇ ਜਾਂਦੇ ਆ, ਅਤੇ ਆਪਾਂ ਸਾਰੇ ਨਹੀਂ ਪੜ੍ਹਨੇ। ਹੁਣ ਆਪਾਂ ਜਿਹੜੇ ਮੇਨ ਮੇਨ ਚੀਜ਼ਾਂ ਹੈਗੀਆਂ ਤੁਹਾਨੂੰ ਮੈਂ ਦੱਸਦਾ ਵੀ ਕੀ ਪੜ੍ਹਨਾ। ਕਈ ਵਾਰੀ ਕੋਈ ਪਨਿਸ਼ਮੈਂਟ ਪੁੱਛ ਲੈਂਦਾ, ਪਨਿਸ਼ਮੈਂਟ ਹਰੇਕ ਦੀ ਨਹੀਂ ਪੁੱਛੂਗਾ, ਜਿਹੜੇ ਇੰਪੋਰਟੈਂਟ ਹੈਗੇ ਉਹਨਾਂ ਦੀ ਪੁੱਛ ਸਕਦਾ, ਪਨਿਸ਼ਮੈਂਟ ਪੁੱਛ ਸਕਦਾ, ਸੈਕਸ਼ਨ ਪੁੱਛ ਸਕਦਾ ਵੀ ਉਸ ਸੈਕਸ਼ਨ ਦੇ ਅੰਡਰ ਕੀ ਕੁਛ ਕਵਰ ਹੁੰਦਾ। ਤਾਂ ਆਪਾਂ ਇਕੱਲਾ ਇਕੱਲਾ ਕਰਦੇ ਹਾਂ ਜੀ, ਸਟਾਰਟ ਕਰਦੇ ਹਾਂ। ਦੇਖੋ ਫਸਟ ਹੈਗਾ ਜੀ ਸੈਕਸ਼ਨ 65, ਠੀਕ ਹੈ ਜੀ। ਸੈਕਸ਼ਨ 65 ਦੇ ਵਿੱਚ ਕੀ ਕਹਿੰਦਾ, ਟੈਂਪਰਿੰਗ ਵਿਦ ਦਾ ਕੰਪਿਊਟਰ ਸੋਰਸ ਡਾਕੂਮੈਂਟ। ਟੈਂਪਰਿੰਗ ਦਾ ਮਤਲਬ ਹੁੰਦਾ ਛੇੜਖਾਨੀ ਕਰਨਾ, ਠੀਕ ਹੈ ਜੀ। ਕੀ ਕਹਿੰਦਾ ਜੀ, ਛੇੜਖਾਨੀ, ਆਪਾਂ ਕੋਈ ਚੀਜ਼ ਨਾਲ ਛੇੜਖਾਨੀ ਕਰਦੇ, ਕਿਹਦੇ ਨਾਲ, ਕੰਪਿਊਟਰ ਸੋਰਸ ਡਾਕੂਮੈਂਟ। ਕੰਪਿਊਟਰ ਦੇ ਵਿੱਚ ਕੋਈ ਵੀ ਡਾਕੂਮੈਂਟ ਪਿਆ ਆਪਣਾ ਪਰਸਨਲ, ਜਾਂ ਕੋਈ ਆਪਣਾ ਕੀ ਕਹਿ ਸਕਦੇ ਹਾਂ ਸੈਂਸਿਟਿਵ ਡਾਕੂਮੈਂਟ ਹੈਗਾ, ਜਾਂ ਆਪਣਾ ਕੋਈ ਹੈ ਮਤਲਬ ਕਿ ਐਂ ਕਹਿ ਸਕਦੇ ਹਾਂ ਵੀ ਬੜਾ ਪ੍ਰਾਈਵੇਸੀ ਵਾਲਾ ਡਾਕੂਮੈਂਟ ਹੈਗਾ ਜਿਹਨੂੰ ਆਪਾਂ ਸ਼ੇਅਰ ਨਹੀਂ ਕਰ ਸਕਦੇ, ਪਰ ਉਹਦੇ ਨਾਲ ਛੇੜਖਾਨੀ ਕੋਈ ਕਰੂਗਾ ਤਾਂ ਉਹਦੇ ਵਿਰੁੱਧ ਮਾਮਲਾ ਹੋ ਜਾਊਗਾ। ਕਿਹੜੇ ਧਾਰਾ ਦੇ ਅਧੀਨ? ਸੈਕਸ਼ਨ 65 ਦੇ ਅਧੀਨ। ਪਨਿਸ਼ਮੈਂਟ ਹੁੰਦੇ, ਕੋਈ 'ਚ ਪਨਿਸ਼ਮੈਂਟ ਪੁੱਛ ਲੈਂਦੇ ਆ, ਤਾਂ ਪਨਿਸ਼ਮੈਂਟ ਬੇਟੇ ਇਹਦੇ ਵਿੱਚ 3 ਸਾਲ ਦੀ ਤਾਂ ਜੇਲ੍ਹ ਹੋ ਸਕਦੀ ਹੈ, ਠੀਕ ਹੈ ਜੀ, ਅਤੇ ਨਾਲ 2 ਲੱਖ ਦਾ ਰੁਪਈਏ ਦਾ ਕੀ ਹੋ ਸਕਦਾ, ਫਾਈਨ ਹੋ ਸਕਦਾ, ਜਾਂ ਦੋਨੇ ਕੁਛ ਹੀ ਹੋ ਸਕਦਾ। ਇਹ ਡਿਪੈਂਡ ਕਰਦਾ ਵੀ ਉਹਨੇ ਕਿੰਨਾ ਕੁ ਵੱਡਾ ਮਤਲਬ ਕੰਮ ਕੀਤਾ, ਸੰਗੀਨ ਜੁਰਮ ਕੀਤਾ। ਜੇ ਜ਼ਿਆਦਾ ਕੀਤਾ ਹੋਊਗਾ ਦੋਨੇ ਕੁਛ ਹੋ ਜਾਊਗਾ, ਨਹੀਂ ਫਿਰ ਜਾਂ ਤਾਂ 3 ਲੱਖ ਰੁਪਈਆ ਦੇਣਾ, 2 ਲੱਖ ਰੁਪਈਆ ਦੇਣਾ ਪਊਗਾ, ਜਾਂ ਫਿਰ 3 ਸਾਲ ਜੇਲ੍ਹ ਦੇ ਵਿੱਚ ਜਾਣਾ ਪਊਗਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਸੈਕਸ਼ਨ 66। ਸੈਕਸ਼ਨ 66 ਤੋਂ ਵੱਧ ਕੁਸ਼ਚਨ ਪੁੱਛੇ ਜਾ ਸਕਦੇ ਆ ਬੇਟੇ। ਇਸ ਤੋਂ ਇਲਾਵਾ ਸੈਕਸ਼ਨ 66A ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਉਹਦੇ ਵਿੱਚ ਕੁਸ਼ਚਨ ਜ਼ਿਆਦਾ ਆਉਂਦੇ ਆ। ਬਾਕੀ ਜਿੰਨੇ ਵੀ ਮੈਂ ਹੁਣ ਕਰਾਊਂਗਾ ਸਾਰੇ ਇੰਪੋਰਟੈਂਟ ਨੇ, ਤੁਹਾਨੂੰ ਵੈਸੇ ਦੱਸ ਰਿਹਾ ਵੀ ਜੇ ਇਹਨਾਂ ਵਿੱਚੋਂ ਵੀ ਤੁਸੀਂ ਲੱਭਣਾ ਹੋਵੇ ਤਾਂ ਸੈਕਸ਼ਨ 66 ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਹੈ। ਸੈਕਸ਼ਨ 66 ਦੇ ਵਿੱਚ ਕੀ ਕਹਿੰਦਾ ਰਾਜੇ, ਹੈਕਿੰਗ ਵਿਦ ਦਾ ਕੰਪਿਊਟਰ ਸਿਸਟਮ, ਡਾਟਾ ਅਲਟਰੇਸ਼ਨ ਐਟਸੈਟਰਾ। ਕਹਿਣ ਦਾ ਮਤਲਬ ਕਿ ਕਿਸੇ ਦਾ ਕੰਪਿਊਟਰ ਹੈਕ ਕਰ ਲੈਣਾ, ਹੈਕ ਦਾ ਮਤਲਬ ਕਿ ਪੂਰਾ ਕੰਟਰੋਲ, ਕਿਸੇ ਦੇ ਕੰਪਿਊਟਰ ਦੇ ਉੱਪਰ ਆਪਣਾ ਪੂਰਾ ਕੰਟਰੋਲ ਲੈ ਕੇ ਆ ਜਾਣਾ, ਠੀਕ ਹੈ ਜੀ, ਡਾਟਾ ਦੇ ਨਾਲ ਛੇੜਖਾਨੀ ਕਰਨੀ, ਠੀਕ ਹੈ। ਇਹ ਸਾਰਾ ਜਿਹੜਾ ਕੁਝ ਕਵਰ ਹੋਊਗਾ, ਕਿੱਥੇ ਕਵਰ ਹੋਊਗਾ, ਸੈਕਸ਼ਨ 66 ਦੇ ਵਿੱਚ ਕਵਰ ਹੋਊਗਾ। ਹੁਣ ਇਹਦੇ ਵਿੱਚ ਕੀ ਹੁੰਦਾ ਰਾਜੇ, 3 ਸਾਲ ਦੀ ਤਾਂ ਜੇਲ੍ਹ ਹੋ ਸਕਦੀ ਹੈ, ਠੀਕ ਹੈ ਜੀ, 3 ਸਾਲ ਦੀ ਜੇਲ੍ਹ ਹੋ ਸਕਦੀ ਹੈ, ਅਤੇ ਜਾਂ ਫਿਰ ਕਹਿੰਦਾ 2 ਲੱਖ ਦਾ
ਫਾਈਨ ਜਾਂ ਫਿਰ ਦੋਨੇ ਕੁਛ, ਠੀਕ ਹੈ ਜੀ। ਸੈਕਸ਼ਨ 66, ਹੁਣ ਸੈਕਸ਼ਨ 66 ਦੇ ਵਿੱਚ ਅੰਡਰ ਫਰਦਰ ਪੁੱਛਦੇ, ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਹੈਗਾ ਜੀ ਸੈਕਸ਼ਨ 66A। ਇਹ ਤੁਹਾਨੂੰ ਮੈਂ ਥਿਊਰੀ ਦੇ ਵਿੱਚ ਕਰਵਾਇਆ ਵੀ ਸੀਗਾ, ਇਹਦੀ ਕਹਾਣੀ ਵੀ ਦੱਸੀ ਸੀਗੀ, ਫਿਲਹਾਲ ਮੈਂ ਕਹਾਣੀ ਨਹੀਂ ਦੱਸੂੰਗਾ, ਵੀਡੀਓ ਲੰਬੀ ਹੋ ਜੂਗੀ। ਸਿਰਫ ਆਪਾਂ ਗੱਲ ਕਰਦੇ ਹਾਂ ਜੀ ਸੈਕਸ਼ਨ 66A ਦੇ ਵਿੱਚ ਆਪਾਂ ਕੀ ਆਉਂਦਾ ਜੀ। ਇਹਦੇ ਵਿੱਚ ਕਹਿੰਦਾ ਜੀ ਸੈਂਡਿੰਗ, ਕੀ ਸੈਂਡ ਕਰਦੇ ਹਾਂ ਜੀ ਆਪਾਂ, ਅਫੈਂਸਿਵ ਜਿਹੜਾ ਹੁੰਦਾ ਜੀ ਮੈਸੇਜ, ਅਫੈਂਸਿਵ ਹੁੰਦਾ ਜੀ ਆਪਣਾ ਅਪਮਾਨਜਨਕ, ਠੀਕ ਹੈ ਜੀ। ਜਿਵੇਂ ਆਪਾਂ ਮੰਨ ਲਓ ਅਪਮਾਨਜਨਕ ਕਹਿ ਸਕਦੇ ਹਾਂ ਆਪਾਂ ਇਹਨੂੰ, ਠੀਕ ਹੈ ਜੀ, ਅਪਮਾਨਜਨਕ, ਠੀਕ ਹੈ, ਮੈਸੇਜ ਭੇਜਦੇ ਹਾਂ ਥਰੂ ਐਨੀ ਕਮਿਊਨੀਕੇਸ਼ਨ ਸਰਵਿਸ, ਠੀਕ ਹੈ ਜੀ। ਚਾਹੇ ਆਪਾਂ ਈਮੇਲ ਭੇਜ ਦਈਏ, ਵਟਸਐਪ 'ਤੇ ਕੋਈ ਮੈਸੇਜ ਭੇਜ ਦਈਏ, ਵੀਡੀਓ ਭੇਜ ਦਈਏ, ਆਡੀਓ ਭੇਜ ਦਈਏ, ਜੋ ਮਰਜ਼ੀ ਕਹਿ ਲਓ, ਠੀਕ ਹੈ ਜੀ। ਕਿਸੇ ਦਾ ਅਪਮਾਨਜਨਕ ਮੈਸੇਜ ਕਿਸੇ ਨੂੰ ਭੇਜਣਾ, ਠੀਕ ਹੈ ਜੀ, ਉਹਦੀ ਪਰਮਿਸ਼ਨ ਦੇ ਬਿਨਾਂ 66A ਦੇ ਅੰਡਰ ਕਵਰ ਹੋਊਗਾ, ਠੀਕ ਹੈ। ਜਾਂ ਫਿਰ ਐਂ ਕਹਿ ਲਓ ਵੀ ਆਪਾਂ ਅਖਬਾਰ ਦੇ ਵਿੱਚ ਮੰਨ ਲਓ ਕਿਸੇ ਸਰਕਾਰ ਦੇ ਵਿਰੁੱਧ ਕੋਈ ਕਾਰਟੂਨ ਬਣਾ ਦਈਏ, ਕੋਈ ਗਲਤ ਸ਼ਬਦਾਵਲੀ ਲਿਖ ਦਈਏ, ਠੀਕ ਹੈ, ਜਾਂ ਆਪਾਂ ਫੇਸਬੁੱਕ 'ਤੇ ਗਲਤ ਪਾ ਦਈਏ ਸਰਕਾਰ ਬਾਰੇ, ਜਾਂ ਕੁਛ ਵੀ ਆਪਾਂ ਪਾ ਦਈਏ, ਮਤਲਬ ਕਿ ਜਿਹੜਾ ਕਿ ਆਪਣੇ ਦੇਸ਼ ਵਾਸਤੇ ਕੀ ਹੋਵੇ ਮਾੜਾ ਹੋਵੇ, ਤਾਂ ਉੱਥੇ ਆਪਾਂ ਨੂੰ ਕੀ ਹੈ ਸਜ਼ਾ ਹੋ ਸਕਦੀ ਹੈ ਸੈਕਸ਼ਨ 66A ਦੇ ਵਿੱਚ। ਸਜ਼ਾ ਕੀ ਹੁੰਦੀ ਹੈ ਰਾਜੇ? 3 ਸਾਲ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ ਜੀ। ਕੁਛ ਥੋੜ੍ਹਾ ਬਹੁਤਾ ਫਾਈਨ ਵੀ ਹੋ ਸਕਦਾ, ਠੀਕ ਹੈ। ਫਾਈਨ ਇਹਦੇ ਵਿੱਚ ਨਹੀਂ ਲਿਖਿਆ ਹੋਇਆ, ਸਜ਼ਾ ਲਿਖੀ ਹੋਈ ਹੈ, 3 ਸਾਲ ਦੀ ਯਾਦ ਰੱਖਣੀ ਹੈ। ਅੱਗੇ ਆ ਗਿਆ ਜੀ ਆਪਣਾ ਸੈਕਸ਼ਨ 66B। ਸੈਕਸ਼ਨ 66B ਦੇ ਵਿੱਚ ਕੀ ਹੋ ਸਕਦਾ ਰਾਜੇ? ਕੋਈ ਬੰਦਾ ਮੰਨ ਲਓ ਕੋਈ ਖਰੀਦਦਾਰੀ ਕਰਦਾ, ਕਾਹਦੀ ਖਰੀਦਦਾਰੀ ਕਰਦਾ, ਕਹਿੰਦਾ ਰਿਸੀਵਿੰਗ ਦਾ ਸਟੋਲਨ ਕੰਪਿਊਟਰ, ਕੋਈ ਚੋਰੀ ਹੋਏ ਕੰਪਿਊਟਰ, ਕੰਪਿਊਟਰ ਦੇ ਪਾਰਟ ਹੋ ਗਏ, ਰਿਸੋਰਸ ਹੋ ਗਏ, ਠੀਕ ਹੈ, ਜਾਂ ਫਿਰ ਕਮਿਊਨੀਕੇਸ਼ਨ ਡਿਵਾਈਸ ਡਿਸਹੋਨੈਸਟਲੀ, ਮਤਲਬ ਕਿ ਕੋਈ ਚੀਜ਼ ਖਰੀਦਦਾ ਜਾਂ ਰੱਖਦਾ ਕਿਸੇ ਦੀ ਜਿਹੜੀ ਕਿ ਚੋਰੀ ਕੀਤੀ ਹੋਈ ਹੈ, ਕੰਪਿਊਟਰ ਜਾਂ ਕੰਪਿਊਟਰ ਦੇ ਪਾਰਟਸ ਹੈਗੇ ਹੈ, ਤਾਂ ਉਹਦੇ ਅੰਡਰ ਕਿਹੜੇ ਅੰਡਰ ਉਹਦਾ ਉਹਦੇ ਵਿਰੁੱਧ ਮਾਮਲਾ ਦਰਜ ਹੋਊਗਾ ਧਾਰਾ 66B ਦੇ ਅਧੀਨ। ਅਤੇ ਇਹਦੇ ਵਿੱਚ ਭਾਈ ਤੁਹਾਨੂੰ 3 ਸਾਲ ਦੀ ਸਜ਼ਾ ਅਤੇ 1,00,000 ਰੁਪਈਆ ਕੀ ਹੈ ਫਾਈਨ ਹੋ ਸਕਦਾ, ਅਤੇ ਜਾਂ ਫਿਰ ਦੋਨੇ ਕੁਛ ਹੋ ਸਕਦੇ ਨੇ, ਠੀਕ ਹੈ, ਡਿਪੈਂਡ ਕਰਦਾ ਸੈਕਸ਼ਨ 66B। ਅੱਗੇ ਆ ਗਿਆ ਜੀ ਸੈਕਸ਼ਨ 66C, ਅਡੈਂਟੀਫਾਈ ਥੈਫਟ। ਅਡੈਂਟੀਫਾਈ ਥੈਫਟ ਦਾ ਮਤਲਬ ਕੀ ਹੈਗਾ ਭਾਈ? ਕਿ ਮੰਨ ਲਓ ਕਹਿੰਦਾ ਵੀ ਵੰਸ ਡਿਜੀਟਲ ਔਰ ਇਲੈਕਟ੍ਰੋਨਿਕ ਸਿਗਨੇਚਰ ਔਰ ਵੰਸ ਪਾਸਵਰਡ ਔਰ ਐਨੀ ਅਦਰ ਯੂਨੀਕ ਆਈਡੈਂਟੀਫਿਕੇਸ਼ਨ ਆਫ ਐਨੀ ਪਰਸਨ ਇਜ਼ ਏ ਕ੍ਰਾਈਮ। ਤੁਹਾਨੂੰ ਮੈਂ ਦੱਸਦਾ, ਇਹਦਾ ਮਤਲਬ ਕੀ ਹੈ ਕਿ ਆਪਾਂ ਕਿਸੇ ਦੀ ਆਈਡੈਂਟੀ ਚੋਰੀ ਕਰ ਲਈ। ਹੁਣ ਜਿਵੇਂ ਕਈ ਬੰਦੇ ਕੀ ਕਰਦੇ ਆ, ਪਟਵਾਰੀ ਦਾ ਪੇਪਰ ਦਿੰਦੇ ਆ ਜਾਂ ਕੋਈ ਪੇਪਰ ਦਿੰਦੇ ਸਰਕਾਰੀ, ਮੰਨ ਲਓ ਪੇਪਰ ਬੰਦਾ ਇਹ ਬੰਦਾ ਪੇਪਰ ਇਸ ਬੰਦੇ ਦਾ ਸੀਗਾ, ਇਸ ਬੰ ਇਹਦੀ ਜਗ੍ਹਾ 'ਤੇ ਆ ਬੰਦਾ ਬੈਠ ਗਿਆ, ਜਾਲੀ ਕੀ ਉਹਨੇ ਆਧਾਰ ਕਾਰਡ ਬਣਾ ਲਿਆ, ਜਾਲੀ ਆਈਡੀਆਂ ਬਣਾ ਲਈਆਂ, ਤਾਂ ਇਹ ਕੀ ਕਰ ਰਿਹਾ? ਇਹਨੂੰ ਰਿਪ੍ਰਜੈਂਟ ਕਰ ਰਿਹਾ, ਇਸ ਬੰਦੇ ਨੂੰ ਆਹ ਬੰਦਾ ਰਿਪ੍ਰਜੈਂਟ ਕਰ ਰਿਹਾ, ਠੀਕ ਹੈ ਜੀ। ਇਹ ਕੀ ਇਹਨੇ ਆਈਡੈਂਟੀ ਚੋਰੀ ਕਰ ਲਈ ਇਹਦੀ, ਠੀਕ ਹੈ ਜੀ। ਤਾਂ ਕਿਸੇ ਦੀ ਆਈਡੈਂਟੀ ਚੋਰੀ ਕਰਕੇ ਉੱਥੇ ਆਪਣੇ ਆਪ ਨੂੰ ਕੀ ਹੈ ਰਿਪ੍ਰਜੈਂਟ ਕਰਨਾ, ਠੀਕ ਹੈ ਜੀ, ਉਹ ਆਜੂਗਾ ਤੁਹਾਡਾ ਸੈਕਸ਼ਨ 66 ਦੇ ਵਿੱਚ, ਠੀਕ ਹੈ। ਚਾਹੇ ਆਪਾਂ ਕਿਸੇ ਸਿਗਨੇਚਰ ਜਾਲੀ ਕਰ ਦਈਏ, ਜਾਂ ਆਪਾਂ ਕਿਸੇ ਦਾ ਪਾਸਵਰਡ, ਜਿਵੇਂ ਮੰਨ ਲਓ ਕੁਛ ਵੀ ਕਰ ਸਕਦੇ ਹਾਂ ਆਪਾਂ, ਮਤਲਬ ਕਿ ਉਸ ਬੰਦੇ ਦਾ ਕੀ ਕਰਾਂਗੇ ਆਪਾਂ, ਉਹਦੀ ਜਗ੍ਹਾ 'ਤੇ ਆਪਣੇ ਆਪ ਨੂੰ ਰਿਪ੍ਰਜੈਂਟ ਕਰਾਂਗੇ, ਠੀਕ ਹੈ ਜੀ, ਇਹ ਆਜੂਗਾ। ਅਤੇ ਪਨਿਸ਼ਮੈਂਟ ਵੀ ਇਹਦੇ ਵਿੱਚ ਹੁੰਦੀ ਹੈ, 3 ਸਾਲ ਦੀ ਸਜ਼ਾ ਅਤੇ 1,00,000 ਰੁਪਏ ਦਾ ਜੁਰਮਾਨਾ, ਠੀਕ ਹੈ ਜੀ, ਹੋ ਸਕਦਾ। ਅੱਗੇ ਗੱਲ ਕਰਦੇ ਹਾਂ ਜੀ ਸੈਕਸ਼ਨ 66D ਦੀ ਗੱਲ ਕਰਦੇ ਹਾਂ ਜੀ। ਕਹਿੰਦਾ ਇਹਦੇ ਵਿੱਚ 66D ਦੇ ਵਿੱਚ ਕੀ ਕਹਿੰਦਾ ਰਾਜੇ? ਇਹਦੇ ਵਿੱਚ ਆਪਣੇ ਇਹ ਗੱਲ ਕਰਦਾ ਵੀ ਜਿਵੇਂ ਚੀਟਿੰਗ ਬਾਏ ਦਾ ਯੂਜ਼ ਆਫ ਕੰਪਿਊਟਰ ਸੋਰਸ। ਅੱਛਾ ਜੀ, ਇਹਦੇ ਵਿੱਚ ਕੀ ਆ ਕਿ ਮੰਨ ਲਓ ਪੰਜਾਬੀ 'ਚ ਅਗਰ ਆਪਾਂ ਗੱਲ ਕਰੀਏ ਵੀ 66D ਦੇ ਅਧੀਨ ਆਉਂਦਾ ਕੀ ਆ ਕਿ ਮੰਨ ਲਓ ਆਪਾਂ ਕੋਈ ਵੀ ਪਰਸਨ ਦੇ ਨਾਲ ਆਪਾਂ ਕੋਈ ਚੀਟਿੰਗ ਕਰਦੇ ਹਾਂ, ਹੈ ਨਾ, ਧੋਖਾਧੜੀ ਕਰਦੇ ਹਾਂ, ਕਿਹਦਾ ਯੂਜ਼ ਕਰਕੇ? ਕੰਪਿਊਟਰ ਸੋਰਸ ਦਾ ਯੂਜ਼ ਕਰਕੇ, ਕੰਪਿਊਟਰ ਦਾ ਯੂਜ਼ ਕਰਕੇ ਕਹਿ ਲਓ, ਜਾਂ ਕੰਪਿਊਟਰ ਸੋਰਸ ਦਾ ਯੂਜ਼ ਕਰਕੇ ਕਹਿ ਲਓ ਕਿ ਆਪਾਂ ਕਿਸੇ ਪਰਸਨ ਨਾਲ ਚੀਟਿੰਗ ਕਰਾਂਗੇ, ਇਸ ਸੈਕਸ਼ਨ ਦੇ ਅੰਡਰ ਆਉਂਦਾ 66D ਦੇ। 3 ਸਾਲ ਦੀ ਸਜ਼ਾ ਹੈ ਅਤੇ 1,00,000 ਰੁਪਈਆ ਕੀ ਹੈ ਜੁਰਮਾਨਾ। ਅੱਗੇ ਆ ਗਿਆ ਜੀ ਸੈਕਸ਼ਨ 66E, ਇਹ ਹੈਗਾ ਜੀ ਪ੍ਰਾਈਵੇਸੀ ਔਰ ਵਾਇਲੇਸ਼ਨ। ਪ੍ਰਾਈਵੇਸੀ ਜਾਂ ਵਾਇਲੇਸ਼ਨ ਦਾ ਮਤਲਬ ਕੀ ਹੈ ਕਿ ਮੰਨ ਲਓ ਪਬਲਿਕ ਪਲੇਸ 'ਤੇ ਆਪਾਂ ਕਿਸੇ ਦੀ ਫੋਟੋ ਖਿੱਚਣ ਲੱਗ ਜਾਈਏ, ਪਬਲਿਕ ਪਲੇਸ 'ਤੇ ਆਪਾਂ ਉਹਦੀ ਪਰਮਿਸ਼ਨ ਬਿਨਾਂ ਕਿਸੇ ਦੀ ਫੋਟੋ ਖਿੱਚ ਲਈਏ,
ਠੀਕ ਹੈ ਜੀ। ਜਾਂ ਫਿਰ ਆਪਾਂ ਕੋਈ ਮੰਨ ਲਓ ਕੋਈ ਗਲਤ ਹਰਕਤ ਕਰੀਏ, ਗਲਤ ਹਰਕਤ ਮਤਲਬ ਕਿ ਕਿਸੇ ਦੀ ਪਰਸਨਲ ਫੋਟੋ ਗਲਤ ਤਰੀਕੇ ਨਾਲ ਖਿੱਚਣ ਦੀ ਕੋਸ਼ਿਸ਼ ਕਰੀਏ, ਸਾਰਾ ਕੁਝ ਇਹਦੇ ਵਿੱਚ ਕਵਰ ਹੋ ਜਾਊਗਾ ਕਿ ਆਪਾਂ ਮੰਨ ਲਓ ਕਿਸੇ ਦੀ ਪ੍ਰਾਈਵੇਸੀ ਦੇ ਨਾਲ ਕੀ ਕਰੀਏ, ਛੇੜਖਾਨੀ ਕਰੀਏ, ਇਹ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ। ਤਾਂ ਉਹ ਕਿਹੜਾ ਆਜੂਗਾ ਜੀ? ਸੈਕਸ਼ਨ 66E ਦੇ ਅਧੀਨ ਆਜੂਗਾ। ਇਹ ਵੀ ਬਹੁਤ ਇੰਪੋਰਟੈਂਟ ਹੈ, ਸੈਕਸ਼ਨ 66A ਅਤੇ E ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਇਹਦੇ ਵਿੱਚ ਕੀ ਹੋਜੂਗਾ ਰਾਜੇ? ਤੁਹਾਨੂੰ 3 ਸਾਲ ਦੀ ਸਜ਼ਾ ਅਤੇ 2 ਲੱਖ ਰੁਪਈਏ ਤੋਂ ਵੱਧ ਜੁਰਮਾਨਾ ਹੋ ਸਕਦਾ ਤੁਹਾਨੂੰ, ਜਾਂ ਦੋਵੇਂ ਕੁਛ ਹੋ ਸਕਦਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ। ਅੱਗੇ ਆ ਗਿਆ ਜੀ ਤੁਹਾਡਾ 66F, ਇਹ ਵੀ ਮੋਸਟ ਇੰਪੋਰਟੈਂਟ ਹੈ। 66F ਦੇ ਵਿੱਚ ਕੀ ਆ ਜਾਂਦਾ? ਸਾਈਬਰ ਟੈਰਰਿਜ਼ਮ ਆ ਜਾਂਦਾ। ਸਾਈਬਰ ਟੈਰਰਿਜ਼ਮ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਰਾਜੇ। ਟੈਰਰਿਜ਼ਮ ਦੇ ਵਿੱਚ ਤਾਂ ਇਹ ਵੀ ਆ ਸਕਦਾ ਕਿ ਆਪਾਂ ਕੋਈ ਗੌਰਮੈਂਟ ਦੀ ਵੈਬਸਾਈਟ ਹੈਕ ਕਰ ਲਈ ਹੈ, ਜਾਂ ਆਪਾਂ ਕੋਈ ਮੰਨ ਲਓ ਕੋਈ ਆਪਾਂ ਇੱਦਾਂ ਵੱਡਾ ਕ੍ਰਾਈਮ ਕੀਤਾ ਜਿਹਨੂੰ ਟੈਰਰਿਜ਼ਮ ਦੇ ਅਧੀਨ ਮੰਨਿਆ ਜਾਂਦਾ ਹੈ, ਕਿ ਮੰਨ ਲਓ ਆਪਾਂ ਕੋਈ ਜਿਵੇਂ ਮੰਨ ਲਓ ਪੂਰੀ ਦੀ ਪੂਰੀ ਵੈਬਸਾਈਟ ਹੈਕ ਕਰਕੇ ਸਾਰਿਆਂ ਦਾ ਅਕਾਊਂਟ ਖਾਲੀ ਕਰਤੇ, ਆਪਾਂ ਐਂ ਕਹਿ ਸਕਦੇ ਹਾਂ, ਜਾਂ ਆਪਾਂ ਕੋਈ ਦੇਸ਼ ਦੇ ਵਿਰੁੱਧ ਇੱਦਾਂ ਦੀ ਕਾਰਵਾਈ ਕਰਤੀ ਜਿਹੜੀ ਕਿ ਟੈਰਰਿਜ਼ਮ ਦੇ ਅਧੀਨ ਆਉਂਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਸਭ ਤੋਂ ਜੇ ਦੇਖੋ ਕੁਸ਼ਚਨ ਪੁੱਛਿਆ ਕੀ ਜਾਂਦਾ, ਤੁਹਾਨੂੰ ਮੈਂ ਦੱਸਦਾ, ਸਿਰਫ ਤੁਸੀਂ ਯਾਦ ਕੀ ਕਰਨਾ? ਯਾਦ ਸਿਰਫ ਇਹ ਕਰਨਾ ਵੀ ਜਿਹੜਾ 66F ਹੈ ਉਹਦੇ ਵਿੱਚ ਆਉਂਦਾ ਕੀ ਹੈ। ਇੱਕ ਤਾਂ ਇਹ ਯਾਦ ਕਰਨਾ, ਸਿਰਫ ਆਹ ਵਰਡ ਯਾਦ ਕਰਨਾ, ਸਾਈਬਰ ਟੈਰਰਿਜ਼ਮ, ਅਤੇ ਦੂਜਾ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਵੀ ਇਹਦੇ ਅਧੀਨ ਸਜ਼ਾ ਕਿੰਨੀ ਹੁੰਦੀ ਹੈ। ਇਹ ਸਭ ਤੋਂ ਮੋਸਟ ਇੰਪੋਰਟੈਂਟ ਹੈ, ਇੱਥੋਂ ਕੁਸ਼ਚਨ ਬਹੁਤ ਵਾਰੀ ਆਇਆ ਹੋਇਆ। ਇਹਦੇ ਵਿੱਚ ਕੀ ਹੈ? ਲਾਈਫ ਟਾਈਮ ਇੰਪ੍ਰਿਜ਼ਨਮੈਂਟ ਹੁੰਦੀ ਹੈ। ਕਹਿਣ ਦਾ ਮਤਲਬ ਕਿ ਪੂਰੀ ਉਮਰ ਭਰ ਜੇਲ੍ਹ, ਜਿਹਨੂੰ ਆਪਾਂ ਕਹਿ ਦਿੰਦੇ ਉਮਰ ਕੈਦ, ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਵੀ ਉਮਰ ਕੈਦ ਹੋ ਗਈ ਬੰਦੇ ਨੂੰ। ਉਮਰ ਕੈਦ ਦਾ ਮਤਲਬ ਕਿ ਜਿੰਨੀ ਦੇਰ ਤੱਕ ਉਹ ਮਰਦਾ ਨਹੀਂ ਉਹ ਕਿ ਜੇਲ੍ਹ 'ਚ ਹੀ ਰਹੂਗਾ। ਇਹ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ, ਨੋਟ ਕਰ ਲਿਓ। ਅੱਗੇ ਆ ਗਿਆ ਜੀ ਸੈਕਸ਼ਨ 67। ਇਹਦੇ ਵਿੱਚ ਕਹਿੰਦਾ ਜੀ ਟਰਾਂਸਮਿਟਿੰਗ ਔਰ ਪਬਲਿਸ਼ਿੰਗ ਕੀ ਕਰਦੇ ਹਾਂ ਆਪਾਂ? ਅਬਸੀਨ ਕਹਿੰਦਾ ਮਟੀਰੀਅਲ ਇਨ ਇਲੈਕਟ੍ਰੋਨਿਕ ਫੋਰਮ, ਠੀਕ ਹੈ ਜੀ। ਆਪਾਂ ਮੰਨ ਲਓ ਕੋਈ ਟਰਾਂਸਮਿਟ ਕਰ ਰਹੇ ਹਾਂ, ਕੋਈ ਪਬਲਿਸ਼ ਕਰ ਰਹੇ ਹਾਂ ਕੋਈ ਇੱਦਾਂ ਦੀ ਚੀਜ਼ ਜਿਹੜੀ ਕੀ ਹੈ ਜੀ ਅਸ਼ਲੀਲ ਹੈ, ਹੈ ਨਾ। ਅਬਸੀਨ ਦਾ ਮਤਲਬ ਹੁੰਦਾ ਜੀ ਅਸ਼ਲੀਲ ਹੁੰਦਾ ਮਟੀਰੀਅਲ, ਜਿਹੜਾ ਆਪਾਂ ਕੋਈ ਛਾਪ ਰਹੇ ਹਾਂ ਜਾਂ ਆਪਾਂ ਕੋਈ ਕਿਸੇ ਨੂੰ ਭੇਜ ਰਹੇ ਹਾਂ ਇਲੈਕਟ੍ਰੋਨਿਕ ਫੋਰਮ ਦੇ ਵਿੱਚ, ਵਟਸਐਪ ਦੇ ਉੱਪਰ, ਫੇਸਬੁੱਕ ਦੇ ਉੱਪਰ, ਉਹਦੇ ਵਿਰੁੱਧ ਵੀ ਮਾਮਲਾ ਦਰਜ ਹੋ ਜੂਗਾ ਜੀ ਸੈਕਸ਼ਨ 67 ਦੇ ਅਧੀਨ। ਅੱਗੇ ਗੱਲ ਕਰਦੇ ਹਾਂ ਜੀ ਸੈਕਸ਼ਨ 67A। 67A ਦੇ ਵਿੱਚ ਵੀ ਰਾਜੇ ਸੇਮ ਚੀਜ਼ ਹੈ ਜੀ, ਜਿਹੜਾ ਓਬਸੀਨ ਮਟੀਰੀਅਲ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਜਿਹੜਾ ਕੋਈ ਮੰਨ ਲਓ ਕੋਈ ਸੈਕਸੁਅਲੀ ਕੋਈ ਕੰਟੈਂਟ ਹੈਗਾ, ਠੀਕ ਹੈ, ਇਲੈਕਟ੍ਰੋਨਿਕ ਫੋਰਮ ਦੇ ਵਿੱਚ ਆਪਾਂ ਅਗਰ ਟਰਾਂਸਮਿਟ ਕਰ ਰਹੇ ਹਾਂ, ਇਹਦੇ ਫਰਦਰ ਅੱਗੇ ਸੈਕਸ਼ਨ ਕੀ ਹੈ ਡਿਵਾਈਡ ਕੀਤੇ ਹੋਏ ਆ, ਠੀਕ ਹੈ ਜੀ। 66A ਦੇ ਵਿੱਚ ਕੀ ਆਜੂਗਾ? ਸੈਕਸੁਅਲੀ ਜਿਹੜੇ ਆਪਾਂ ਕੋਈ ਕੰਟੈਂਟ ਭੇਜ ਰਹੇ ਹਾਂ ਗਲਤ, ਠੀਕ ਹੈ ਜੀ, ਉਹ ਇਲੈਕਟ੍ਰੋਨਿਕ ਫੋਰਮ ਦੇ ਵਿੱਚ ਉਹਦੇ ਵਿਰੁੱਧ ਕੀ ਹੋਜੂਗਾ? ਮਾਮਲਾ ਦਰਜ ਹੋਜੂਗਾ। ਅਤੇ ਮੋਸਟ ਇੰਪੋਰਟੈਂਟ ਹੈਗਾ ਜੀ ਤੁਹਾਡਾ 67B। ਇੱਥੋਂ ਕੁਸ਼ਚਨ ਤਾਂ ਆ ਜਾਂਦਾ ਕਿ ਹੈ ਉਹੀ ਚੀਜ਼ ਹੈ, 67 ਦੇ ਵਿੱਚ ਆਉਂਦਾ ਕੀ ਹੈ? ਓਬਸੀਨ ਮਟੀਰੀਅਲ ਆ ਜਾਂਦਾ। ਬਟ ਇਹਦੇ ਵਿੱਚ ਕੀ ਹੈ, 67B ਦੇ ਵਿੱਚ ਕੀ ਆ ਜਾਂਦਾ ਕਿ ਜੇ ਕੋਈ ਆਪਾਂ ਇੱਦਾਂ ਦਾ ਮਟੀਰੀਅਲ ਭੇਜ ਰਹੇ ਹਾਂ ਜਿਹਦੇ ਨਾਲ ਕੀ ਹੋ ਰਿਹਾ, ਬੱਚਿਆਂ 'ਤੇ ਅਸਰ ਪੈ ਰਿਹਾ, ਚਿਲਡਰਨ 'ਤੇ ਅਸਰ ਪੈ ਰਿਹਾ, ਤਾਂ ਮੇਨ ਚੀਜ਼ ਆਹੀ ਹੈ ਬਸ। ਚਿਲਡਰਨ 'ਤੇ ਕੋਈ ਚੀਜ਼ ਦਾ ਅਸਰ ਪੈ ਰਿਹਾ, ਆਪਾਂ ਚਿਲਡਰਨ ਨੂੰ ਵਿੱਚ ਇਨਕਲੂਡ ਕਰ ਰਹੇ ਹਾਂ ਉਸ ਚੀਜ਼ ਦੇ, ਠੀਕ ਹੈ ਜੀ। ਜਿਹੜੇ ਆਪਾਂ ਕੋਈ ਸੈਕਸੁਅਲੀ ਜਿਹੜਾ ਕੰਟੈਂਟ ਭੇਜ ਰਹੇ ਹਾਂ ਇਲੈਕਟ੍ਰੋਨਿਕ ਫੋਰਮ ਦੇ ਵਿੱਚ, ਉਹਦੇ ਵਿੱਚ ਬੱਚਿਆਂ 'ਤੇ ਕੋਈ ਅਸਰ ਪੈ ਰਿਹਾ ਜਾਂ ਬੱਚਿਆਂ ਨੂੰ ਆਪਾਂ ਇਨਕਲੂਡ ਕਰ ਰਹੇ ਹਾਂ, ਤਾਂ ਉਹਦੇ ਕਰਕੇ ਆਪਣੇ ਵਿਰੁੱਧ ਮਾਮਲਾ ਕਿੱਥੇ ਦਰਜ ਹੋਜੂਗਾ? 67B ਦੇ ਅਧੀਨ ਹੋਜੂਗਾ। ਅੱਗੇ ਗੱਲ ਕਰਦੇ ਹਾਂ ਜੀ 67C। ਹੁਣ 67C ਕੀ ਹੈ ਰਾਜੇ? ਰਿਟੇਸ਼ਨ, ਅਤੇ ਇੱਕ ਹੁੰਦੀ ਹੈ ਜੀ ਪ੍ਰਜ਼ਰਵੇਸ਼ਨ, ਠੀਕ ਹੈ, ਪ੍ਰਜ਼ਰਵੇਸ਼ਨ। ਇਹਦੇ ਵਿੱਚ ਕੀ ਹੈ ਜੀ ਆਪਣਾ ਵੀ ਮੰਨ ਲਓ, ਕਹਿੰਦਾ ਵੀ ਜਿਵੇਂ ਹੁਣ ਮੰਨ ਲਓ ਆਪਾਂ ਨਾ ਵਿਚੋਲੇ ਵਾਲਾ ਕੰਮ ਕਰਦੇ ਹਾਂ, ਐਂ ਕਹਿ ਲਓ ਵੀ ਵਿਚੋਲਪੁਣਾ ਕਰਨਾ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਦੇਸੀ ਭਾਸ਼ਾ ਦੇ ਵਿੱਚ ਕੀ ਆ ਵਿਚੋਲਪੁਣਾ ਕਰਨਾ। ਵਿਚੋਲਪੁਣਾ ਕੀ ਹੈ ਕਿ ਮੰਨ ਲਓ ਤੁਸੀਂ ਕੋਈ ਸਰਕਾਰੀ ਅਫਸਰ ਹੈ, ਹੁਣ ਮੰਨ ਲਓ ਤੁਸੀਂ ਕੀ ਆ, ਤੁਸੀਂ ਜਿਵੇਂ ਅੱਜ ਸੀਗੇ, ਮੰਨ ਲਓ ਅੱਜ ਤੁਸੀਂ PEE++ ਬੋਰਡ ਦੇ ਵਿੱਚ ਲੱਗੇ ਹੋਏ ਹੋ, ਚਾਹੇ ਤੁਸੀਂ ਕਲਰਕ ਲੱਗੇ ਹੋ ਕੋਈ, ਚਾਹੇ ਅਫਸਰ ਲੱਗੇ ਹੋ, ਤੁਸੀਂ ਇਨਫੋਰਮੇਸ਼ਨ ਲੀਕ ਆਊਟ ਕਰਤੀ, ਜਿਵੇਂ ਸੈਂਟਰ ਲਿਸਟ ਤਾਂ ਅੱਜ ਆਈ ਹੈ, ਤੁਸੀਂ 15 ਦਿਨ ਪਹਿਲਾਂ ਦੱਸਤੀ ਵੀ ਫਲਾਣੇ ਬੰਦੇ ਨੂੰ ਵੀ ਹਾਂ ਵੀ ਆਹ ਸੈਂਟਰ ਲਿਸਟ, ਤੇਰਾ ਸੈਂਟਰ ਇੱਥੇ ਆਇਆ, ਤੇਰਾ ਸੈਂਟਰ ਇੱਥੇ ਆਇਆ, ਕਹਿਣ ਦਾ ਮਤਲਬ ਕਿ ਕੌਨਫੀਡੈਂਸ਼ਲ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਕਿਸੇ ਨੂੰ ਦੱਸ ਦੇਣੀ, ਠੀਕ ਹੈ, ਵਿਚੋਲਪੁਣਾ ਕਰ ਲੈਣਾ ਵਿੱਚ ਵਿਚਾਲੇ, ਤਾਂ ਉਹ ਕੀ ਆਜੂਗਾ? 67C ਦੇ ਅਧੀਨ ਆਜੂਗਾ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਸੈਕਸ਼ਨ 69। ਹੁਣ ਜਿਹੜਾ ਸੈਕਸ਼ਨ 69 ਹੈਗਾ ਰਾਜੇ, ਇਹ ਕੀ ਆ? ਪਾਵਰ ਦਿੰਦਾ, ਕਿਹਨੂੰ ਪਾਵਰ ਦਿੰਦਾ? ਸਰਕਾਰ ਨੂੰ, ਗੌਰਮੈਂਟ ਨੂੰ ਇੱਕ ਪਾਵਰ ਦਿੰਦਾ ਵੀ ਆਪਾਂ ਕੋਈ ਵੀ ਚੀਜ਼ ਬੰਦ ਕਰ ਸਕਦੇ ਹਾਂ,
ਕੋਈ ਵੀ ਆਪਾਂ ਚੀਜ਼ ਬੰਦ ਕਰ ਸਕਦੇ ਹਾਂ, ਜਿਵੇਂ ਟਿਕਟੋਕ ਬੰਦ ਹੋਇਆ, ਤੁਸੀਂ ਪਤਾ ਹੀ ਹੋਊਗਾ ਪਿੱਛੇ ਜੇ ਇੰਡੀਆ ਦੇ ਵਿੱਚ ਕੀ ਹੈ, ਟਿਕਟੋਕ ਬੈਨ ਕਰਤਾ। ਠੀਕ ਹੈ, ਟਿਕਟੋਕ ਆਪਾਂ ਬੈਨ ਕਿਉਂ ਕੀਤਾ ਤੁਹਾਨੂੰ ਪਤਾ ਹੀ ਹੈ। ਠੀਕ ਹੈ, ਅਤੇ ਜਿਵੇਂ ਮੰਨ ਲਓ ਕੋਈ ਆਪਾਂ ਕਿਸੇ ਦਾ ਖਾਤਾ ਬੰਦ ਕਰਤਾ, ਜਿਵੇਂ ਮੰਨ ਲਓ ਕਿਸੇ ਦਾ ਕੀ ਹੈ ਟਵਿੱਟਰ ਬੰਦ ਕਰਤਾ, ਜਿਵੇਂ ਕੰਗਣਾ ਦਾ ਕੀਤਾ ਸੀ ਪਿੱਛੇ ਜੇ, ਤੁਹਾਨੂੰ ਪਤਾ ਹੀ ਹੋਊਗਾ। ਠੀਕ ਹੈ, ਟਿਕਟੋਕ ਦਾ ਖਾਤਾ ਬੰਦ ਕਰ ਦੇਣਾ, ਮਤਲਬ ਕਿ ਸਰਕਾਰ ਕਰ ਸਕਦੀ ਹੈ, ਸਰਕਾਰ ਕੋਲ ਪਾਵਰ ਹੈ। ਕਿਹੜੇ ਸੈਕਸ਼ਨ ਦੇ ਅਧੀਨ ਪਾਵਰ? ਉਹਨਾਂ ਕੋਲ 69 ਦੇ ਅਧੀਨ ਹੈ। ਠੀਕ ਹੈ ਜੀ, ਇਹ ਸਰਕਾਰ ਕੋਲ ਪਾਵਰ ਹੈ, ਯਾਦ ਰੱਖਣਾ। ਅਤੇ ਜਿੰਨੇ ਵੀ ਹੁਣ ਮੈਂ ਕਰਵਾਏ ਆ ਬੇਟੇ, ਸਾਰੇ ਕੀ ਨੇ? ਮੋਸਟ ਇੰਪੋਰਟੈਂਟ ਨੇ। ਬਟ ਇਹ ਹੈ ਕਿ ਅੱਗੇ ਜਿਹੜੇ ਮੈਂ ਕਰਵਾ ਰਿਹਾ ਹੁਣ, ਇਹਨਾਂ ਨੂੰ ਇੱਕ ਵਾਰ ਨਿਗਾਹ ਜ਼ਰੂਰ ਮਾਰ ਲੈਣੀ ਹੈ। ਇਹਨਾਂ ਤੋਂ ਵੀ ਕਈ ਵਾਰ ਕੁਸ਼ਚਨ ਪੁੱਛੇ ਜਾ ਸਕਦੇ ਆ। ਜ਼ਿਆਦਾਤਰ ਜਿਹੜੇ ਮੈਂ ਤੁਹਾਨੂੰ ਦੱਸੇ ਆ ਵੀ ਜਿਹੜੇ ਜ਼ਿਆਦਾ ਮੈਂ ਤੁਹਾਨੂੰ ਇੰਪੋਰਟੈਂਟ ਹੈਗੇ ਆ, ਉਹ ਮੈਂ ਅੱਗੇ ਕਰਵਾਤੇ ਆ। ਜਿਹੜੇ ਹੁਣ ਐਕਸਟਰਾ ਕਰਵਾ ਰਿਹਾ, ਉਹ ਤੁਹਾਨੂੰ ਮੈਂ ਤਾਂ ਕਰਵਾ ਰਿਹਾ ਕਿਉਂਕਿ ਕਈ ਵਾਰ ਪੁੱਛਿਆ ਜਾ ਸਕਦਾ। ਪਹਿਲਾਂ ਹੁਣ ਕੀ ਹੈ ਰਾਜੇ, ਸੈਕਸ਼ਨ 43 ਦੇ ਵਿੱਚ ਕੀ ਆ ਕਿ ਆਪਾਂ ਮੰਨ ਲਓ ਕਿਸੇ ਦਾ ਕੰਪਿਊਟਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੰਨ ਲਓ ਆਪਾਂ ਕਿਸੇ ਨਾਲ ਦੁਸ਼ਮਣੀ ਕੱਢ ਰਹੇ ਹਾਂ, ਆਪਾਂ ਕਿਸੇ ਔਰਗਨਾਈਜੇਸ਼ਨ ਨਾਲ ਦੁਸ਼ਮਣੀ ਕੱਢ ਰਹੇ ਹਾਂ, ਆਪਾਂ ਉਹਨਾਂ ਦੇ ਕੰਪਿਊਟਰ ਖਰਾਬ ਕਰਤੇ, ਇਹ ਨਹੀਂ ਕਿ ਜਾ ਕੇ ਹਥੌੜਾ ਚੱਕ ਲਿਆ ਅਤੇ ਤੋੜਤਾ ਨਾ। ਆਪਾਂ ਸੋਫਟਵੇਅਰ ਦੇ ਥਰੂ, ਮੰਨ ਲਓ ਕਿ ਆਪਾਂ ਉੱਥੇ ਕੋਈ ਵਾਇਰਸ ਭੇਜਤਾ, ਕੋਈ ਵੋਮ ਭੇਜਤਾ, ਜਾਂ ਆਪਾਂ ਉਹਨਾਂ ਦਾ ਕੋਈ ਮਤਲਬ ਕਿ ਇੱਦਾਂ ਦਾ ਕੋਈ ਮਤਲਬ ਕਿ ਆਪਾਂ ਮਟੀਰੀਅਲ ਭੇਜਤਾ ਜਿਹਦੇ ਨਾਲ ਕਿ ਉਹਨਾਂ ਦਾ ਸਿਸਟਮ ਕੀ ਹੋ ਗਿਆ, ਹੈਂਗ ਹੋ ਗਿਆ, ਫਰੀਜ਼ ਹੋ ਗਿਆ, ਉਹ ਆਜੂਗਾ ਜੀ ਸੈਕਸ਼ਨ 43 ਦੇ ਅਧੀਨ। ਅੱਗੇ ਤੁਹਾਨੂੰ ਮੈਂ 69 ਪੜ੍ਹਾਈ ਦਿੱਤਾ ਬੇਟੇ, 69A ਪੜ੍ਹਾਓ ਚਾਹੇ 69 ਪੂਰਾ ਪੜ੍ਹ ਲਓ। ਇਹਦੇ ਵਿੱਚ ਕੀ ਹੈ, ਸਰਕਾਰ ਕੋਲ ਪਾਵਰ ਹੁੰਦੀ ਹੈ ਕਿਸੇ ਚੀਜ਼ ਨੂੰ ਬੰਦ ਕਰਨ ਵਾਸਤੇ। ਠੀਕ ਹੈ, ਪਬਲਿਕ ਅਸੈਸ ਨੂੰ ਕੀ ਹੈ, ਬੰਦ ਕਰ ਦਾਂਗੇ। ਹੁਣ ਟਿਕਟੋਕ ਨੂੰ ਕੀ ਹੈ, ਟਿਕਟੋਕ ਕੀ ਸੀਗਾ? ਪਬਲਿਕਲੀ ਸੀਗਾ, ਉਹਨੂੰ ਬੰਦ ਕਰਤਾ। ਆਪਾਂ ਕਿਸੇ ਵੀ ਰਿਸੋਰਸ ਨੂੰ ਬੰਦ ਕਰ ਸਕਦੀ ਹੈ ਸਰਕਾਰ, ਕਿਸੇ ਵੀ ਇਨਫੋਰਮੇਸ਼ਨ ਨੂੰ ਬੰਦ ਕਰ ਸਕਦੀ ਹੈ। ਠੀਕ ਹੈ, ਲੋਕਾਂ ਤੱਕ ਜਾਣ ਵਾਸਤੇ। ਤਾਂ ਇਹਦੇ ਅੰਦਰ ਹੀ ਫਰਦਰ ਕੀ ਆਜੂਗਾ, 69B ਆਜੂਗਾ ਰਾਜੇ। ਇਹਦੇ ਵਿੱਚ ਕੀ ਆ ਕਿ ਮੰਨ ਲਓ ਕੋਈ ਵੀ ਆਪਾਂ ਇਨਫੋਰਮੇਸ਼ਨ ਜਾਂ ਡਾਟਾ ਹੈਗਾ, ਸਰਕਾਰ ਉਹਨੂੰ ਕੀ ਕਰ ਸਕਦੀ ਹੈ, ਮੋਨੀਟਰ ਕਰ ਸਕਦੀ ਹੈ, ਚੈੱਕ ਕਰ ਸਕਦੀ ਹੈ। ਠੀਕ ਹੈ, ਕਿ ਮੰਨ ਲਓ ਕੋਈ ਡਾਟਾ ਆਪਾਂ ਭੇਜ ਰਹੇ ਹਾਂ, ਉਹਨੂੰ ਚੈੱਕ ਕਰ ਸਕਦੀ ਹੈ, ਮੋਨੀਟਰ ਕਰ ਸਕਦੀ ਹੈ। ਜਿਵੇਂ ਹੁਣ ਦੇਖੋ ਵਟਸਐਪ ਦਾ ਡਾਟਾ ਹੈਗਾ, ਹੁਣ ਵਟਸਐਪ 'ਤੇ ਆਪਾਂ ਕੀ ਹੈ ਪਰਸਨਲ ਚੈਟ ਵੀ ਕਰਦੇ ਹਾਂ, ਵੀਡੀਓ ਕਾਲ ਵੀ ਕਰਦੇ ਹਾਂ, ਉਹਦਾ ਰਿਕਾਰਡ ਕੀ ਹੈ, ਵਟਸਐਪ ਕੰਪਨੀ ਕੋਲ ਹੁੰਦਾ। ਜੇ ਕੱਲ੍ਹ ਨੂੰ ਮੰਨ ਲਓ ਕੋਈ ਕ੍ਰਾਈਮ ਹੁੰਦਾ ਤਾਂ ਉੱਥੋਂ ਚੈੱਕ ਹੋ ਸਕਦਾ। ਠੀਕ ਹੈ ਜੀ, ਉੱਥੋਂ ਚੈੱਕ ਹੋ ਸਕਦਾ। ਇਸ ਪਾਵਰ ਕਿਹਦੇ ਕੋਲ? ਸਰਕਾਰ ਕੋਲ ਆ। ਅੱਗੇ ਜਿਵੇਂ ਮੰਨ ਲਓ ਜੀ ਹੁਣ ਸੈਕਸ਼ਨ 70 ਆ ਗਿਆ, ਇਹਦੇ ਵਿੱਚ ਕੀ ਆ, ਅਨਔਥੋਰਾਈਜ਼ਡ ਅਕਸੈਸ। ਮੰਨ ਲਓ ਕੋਈ ਸਿਸਟਮ ਹੈਗਾ, ਜਿਵੇਂ ਮੰਨ ਲਓ ਇਸਰੋ ਹੋ ਗਿਆ, ਨਾਸਾ ਹੋ ਗਿਆ, ਉਹਦੇ ਸਿਸਟਮ ਜਿਹੜੇ ਕੀ ਹੁੰਦੇ ਨੇ, ਬਹੁਤ ਪ੍ਰੋਟੈਕਟਿਡ ਹੁੰਦੇ ਨੇ। ਮੰਨ ਲਓ ਉਹਨੂੰ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦਾ, ਉੱਥੇ ਅਸੈਸ ਕਰਨ ਦੀ ਕੋਸ਼ਿਸ਼ ਕਰਦਾ, ਉਹ ਕੀ ਆਜੂਗਾ, ਸੈਕਸ਼ਨ 70 ਦੇ ਅਧੀਨ ਆਜੂਗਾ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕੋਈ ਕਹਿੰਦਾ ਵੀ ਸੈਕਸ਼ਨ 71 ਵੈਸੇ ਇੰਨਾ ਇੰਪੋਰਟੈਂਟ ਨਹੀਂ ਹੈਗਾ। ਇਹਦੇ ਵਿੱਚ ਕੀ ਹੁੰਦਾ ਜੀ, ਪੈਨਲਟੀ ਪੈਂਦੀ ਕਾਹਦੇ ਵਾਸਤੇ? ਕਿ ਆਪਾਂ ਜਿਵੇਂ ਮੰਨ ਲਓ ਕੋਈ ਗਲਤ ਪੇਸ਼ਗਾਰੀ ਕਰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਨੇ ਮਿਸ ਰਿਪ੍ਰਜੈਂਟੇਸ਼ਨ ਕਰ ਦਿੰਦੇ ਆਪਾਂ ਕਿਸੇ, ਹੈ ਨਾ, ਕਿ ਗਲਤ ਪੇਸ਼ਕਾਰੀ ਕਰਦੇ ਹਾਂ ਆਪਾਂ ਕਿਸੇ ਸਾਹਮਣੇ, ਉਹਦੇ ਵਾਸਤੇ ਪੈਨਲਟੀ ਪੈਂਦੀ ਹੈ ਸੈਕਸ਼ਨ 71 ਦੇ ਅਧੀਨ। ਅੱਗੇ ਆ ਗਿਆ ਜੀ ਕਹਿੰਦਾ ਬ੍ਰੀਚ ਆਫ ਕੌਨਫੀਡੈਂਸ਼ਲੀ ਐਂਡ ਪ੍ਰਾਈਵੇਸੀ। ਠੀਕ ਹੈ ਜੀ, ਬ੍ਰੀਚ ਹੁੰਦਾ ਜੀ ਉਲੰਘਣਾ ਕਰਨਾ ਕਿਸ ਚੀਜ਼ ਦੀ। ਠੀਕ ਹੈ, ਆਪਾਂ ਕਿਸੇ ਦੀ ਮਤਲਬ ਕਿ ਕੋਈ ਕੌਨਫੀਡੈਂਸ਼ਲ ਇਨਫੋਰਮੇਸ਼ਨ ਹੈਗੀ, ਉਹਦੀ ਉਲੰਘਣਾ ਕਰਦੇ ਹਾਂ ਜਾਂ ਪ੍ਰਾਈਵੇਸੀ ਦੀ ਉਲੰਘਣਾ ਕਰਦੇ ਹਾਂ, ਤਾਂ ਕਿ ਸੈਕਸ਼ਨ 72 ਦੇ ਅਧੀਨ ਆਪਣੇ 'ਤੇ ਕੇਸ ਹੋਜੂਗਾ। ਇਸ ਤੋਂ ਬਾਅਦ ਰਾਜੇ ਤੁਹਾਨੂੰ ਮੈਂ ਦੱਸਿਆ ਸੈਕਸ਼ਨ 73 ਦੇ ਅਧੀਨ ਕੀ ਹੋਊਗਾ। ਮੰਨ ਲਓ ਕਿ ਆਪਾਂ ਕੋਈ ਫਾਲਸ ਜਿਹੜਾ ਕੰਟੈਂਟ ਹੈਗਾ ਉਹਨੂੰ ਪਬਲਿਸ਼ ਕਰ ਰਹੇ ਹਾਂ, ਜਾਂ ਡਿਜੀਟਲ ਸਿਗਨੇਚਰ ਹੈਗੇ, ਸਰਟੀਫਿਕੇਟ ਹੈਗੇ, ਉਹਨੂੰ ਕੀ ਆਪਾਂ ਬਣਾ ਰਹੇ ਹਾਂ, ਜਾਲੀ ਸਰਟੀਫਿਕੇਟ ਕੀ ਹੈ ਇਸ਼ੂ ਕਰ ਰਹੇ ਹਾਂ, ਠੀਕ ਹੈ ਜੀ, ਉਹਦੇ ਵਾਸਤੇ ਕੀ ਹੈ 73 ਦੇ ਅਧੀਨ ਆਪਣੇ 'ਤੇ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਸੈਕਸ਼ਨ 74 ਹੈ ਰਾਜੇ, ਇਹਦੇ ਵਿੱਚ ਵੀ ਇਹੀ ਚੀਜ਼ ਹੈ। ਠੀਕ ਹੈ, ਕੋਈ ਫਰੋਡ ਕਰਦੇ ਹਾਂ ਆਪਾਂ, ਅਤੇ ਇਹ 74 ਚਲੋ ਮੈਂ ਕਰਾਤਾ ਪਿੱਛੇ। 75 ਦੇ ਵਿੱਚ ਕੀ ਆ ਗਿਆ ਰਾਜੇ, ਮੰਨ ਲਓ ਕੋਈ ਵੀ ਆਪਾਂ ਐਕਟ ਕਹਿੰਦਾ ਵੀ ਆਪਾਂ ਅਪਲਾਈ ਫੋਰ ਕਹਿੰਦਾ ਓਬਸੀਨ ਦੈਟ ਓਫਸੈਂਸ ਦੈਟ ਇਜ਼ ਕਮਿਟਿਡ ਆਊਟਸਾਈਡ ਇੰਡੀਆ, ਜਾਂ ਕਹਿਣ ਦਾ ਮਤਲਬ ਕੀ ਹੈ ਵੀ 75 ਦੇ ਅਧੀਨ ਕੀ ਹੈ ਵੀ ਮੰਨ ਲਓ ਆਪਾਂ ਆਪਣੇ ਦੇਸ਼ ਤੋਂ ਬਾਹਰ ਕੋਈ, ਮੰਨ ਲਓ ਕੋਈ ਆਪਾਂ ਕ੍ਰਾਈਮ ਕਰ ਰਹੇ ਹਾਂ ਬੈਠ ਕੇ ਆਪਣੇ ਦੇਸ਼ ਦੇ ਵਿੱਚ, ਦੇਸ਼ ਤੋਂ ਬਾਹਰ ਕੋਈ ਆਪਾਂ ਕ੍ਰਾਈਮ ਕਰ ਰਹੇ ਹਾਂ, ਤਾਂ ਆਪਣੇ ਤਾਂ ਵੀ ਆਪਣੇ 'ਤੇ ਕੀ ਹੋ ਸਕਦਾ, ਮਾਮਲਾ ਦਰਜ ਹੋ ਸਕਦਾ ਹੈ। ਹੁਣ ਜਿਵੇਂ ਮੰਨ ਲਓ ਲੋਕ ਕੀ ਕਰਦੇ ਆ, ਕੈਨੇਡਾ ਬੈਠੇ ਆ, ਇੰਡੀਆ ਦੀ ਗੌਰਮੈਂਟ ਬਾਰੇ ਮਾੜਾ ਬੋਲ ਦਿੰਦੇ ਆ, ਜਾਂ ਬਾਹਰਲੇ ਦੇਸ਼ ਬੈਠ ਕੇ ਕੀ ਕਰਦੇ ਆ, ਬੋਲਦੇ ਆ, ਤਾਂ ਉਹ ਸਰਕਾਰ ਚਾਹੇ ਤਾਂ ਉਹਨਾਂ 'ਤੇ ਕੀ ਕਰ ਸਕਦੀ ਹੈ, ਮਾਮਲਾ ਦਰਜ ਕਰ ਸਕਦੀ ਹੈ। ਠੀਕ ਹੈ ਜੀ, ਹੁਣ ਐਵੇਂ ਰਾਜੇ ਕੀ ਹੈ ਸੈਕਸ਼ਨ 70। ਹਾਂਜੀ, ਇਹਦੇ ਵਿੱਚ ਕੀ ਹੈ ਬੇਟਾ ਵੀ ਅੱਗੇ ਜਿਹੜੇ ਸੈਕਸ਼ਨ ਆ ਜਿਹੜੇ ਹੈਗੇ, ਸੈਕਸ਼ਨ 77 ਹੈਗਾ ਜਾਂ ਸੈਕਸ਼ਨ 77A ਹੈਗਾ ਜਾਂ 85 ਹੈਗਾ, ਇਹਨੂੰ ਪੜ੍ਹ ਲਓ ਇੱਕ ਵਾਰੀ, ਬਸ ਇੰਨਾ ਇੰਪੋਰਟੈਂਟ ਨਹੀਂ ਹੈਗੇ।
ਅੱਗੇ ਗੱਲ ਕਰਦੇ ਹਾਂ ਜੀ, ਹੁਣ ਇੰਪੋਰਟੈਂਟ ਹੋਰ ਕਿਹੜੇ ਹੈਗੇ ਆ। ਇੱਕ ਨਾ ਸੈਕਸ਼ਨ 503 ਹੈ, ਇਹ IPC ਦੇ ਅਧੀਨ ਆਉਂਦਾ, ਠੀਕ ਹੈ। ਜਿਹੜਾ ਹੁਣ IT ਐਕਟ 2000 ਹੈਗਾ ਨਾ, ਉਹਦੇ ਵਿੱਚ IPC ਵੀ ਆ ਜਾਂਦਾ, ਇੰਡੀਅਨ ਪੀਨਲ ਕੋਡ ਵੀ ਆ ਜਾਂਦਾ, ਠੀਕ ਹੈ, ਆਪਣਾ ਬੈਂਕ ਵਾਲਾ ਵੀ ਆ ਜਾਂਦਾ, ਤਿੰਨ ਚਾਰ ਇਹਦੇ ਅੰਦਰ ਅਧੀਨ ਆਉਂਦੇ। ਤੁਸੀਂ ਥਿਊਰੀ ਦੇਖ ਲਿਓ ਇੱਕ ਵਾਰੀ, ਸਾਈਬਰ ਲੋ ਵਾਲੀ ਮੈਂ ਕਰਵਾਈ ਹੋਈ ਹੈ। ਹੁਣ ਸੈਕਸ਼ਨ 503 ਦੇ ਅਧੀਨ ਕੀ ਆਉਂਦਾ ਰਾਜੇ, ਇਹ IPC ਦੇ ਸੈਕਸ਼ਨ ਨੇ ਸਾਰੇ। ਜਿਵੇਂ ਮੰਨ ਲਓ ਆਪਾਂ ਕੋਈ ਮੈਸੇਜ ਸੈਂਡ ਕਰਦੇ ਹਾਂ ਨਾ, ਆਪਾਂ ਕੋਈ ਵੀ ਮੰਨ ਲਓ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਥ੍ਰੈਟਨਿੰਗ, ਜਿਹਨੂੰ ਆਪਾਂ ਧਮਕੀ ਕਹਿ ਦਿੰਦੇ ਹਾਂ, ਥ੍ਰੈਟਨਿੰਗ ਮਤਲਬ ਹੁੰਦਾ ਧਮਕੀ, ਕਿ ਆਪਾਂ ਕੋਈ ਧਮਕੀ ਵਾਲਾ ਮੈਸੇਜ ਕਿਸੇ ਨੂੰ ਸੈਂਡ ਕਰ ਦਈਏ ਈਮੇਲ ਦੇ ਥਰੂ, ਉਹ ਕੀ ਆ ਸੈਕਸ਼ਨ 503 ਦੇ ਅਧੀਨ ਆਉਂਦਾ। ਜਾਂ ਫਿਰ ਅੱਗੇ ਆ ਜਾਂਦਾ ਰਾਜੇ, ਆਪਾਂ ਕਿਸੇ ਨੂੰ ਕੀ ਆ ਸੈਂਡ ਕਰ ਰਹੇ ਹਾਂ, ਡਿਫਰਮੈਟਰੀ। ਡਿਫਰਮੈਟਰੀ ਹੁੰਦਾ ਜੀ ਆਪਣਾ, ਇਹਨੂੰ ਕਹਿ ਦਿੰਦੇ ਅਪਮਾਨਜਨਕ, ਕਹਿ ਦਿੰਦੇ ਆ ਅਪਮਾਨਜਨਕ ਮੈਸੇਜ ਆਪਾਂ ਕਿਸੇ ਨੂੰ ਭੇਜੀਏ ਤਾਂ 499 ਦੇ ਅਧੀਨ ਆ ਜਾਂਦਾ। ਜਾਂ ਆਪਾਂ ਕਿਸੇ ਨੂੰ ਕੋਈ ਜਿਵੇਂ ਬੋਗਸ ਵੈਬਸਾਈਟ ਹੁੰਦੀਆਂ, ਬੋਗਸ ਕੀ ਹੁੰਦਾ, ਜਿਵੇਂ ਮੰਨ ਲਓ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਲੀ ਵੈਬਸਾਈਟਾਂ ਹੋ ਗਈਆਂ, ਸਾਈਬਰ ਫਰੋਡ ਹੋ ਗਏ, ਕਿਹਦੇ ਅਧੀਨ ਆਉਂਦੇ ਆ, 420 ਦੇ ਅਧੀਨ ਆਉਂਦੇ ਆ। ਜਾਂ ਆਪਾਂ ਸਾਈਂ ਕਰੋ, ਆਪਾਂ ਕਹਿੰਦੇ ਯਾਰ ਤੂੰ ਬੜਾ 420 ਆ, ਜਾਲੀ ਬੰਦਾ ਹੈ ਨਾ, ਤਾਂ 420 ਉੱਥੇ ਯਾਦ ਰੱਖ ਲਿਓ। ਈਮੇਲ ਸਪੂਫਿੰਗ ਹੋ ਗਿਆ ਤੁਹਾਡਾ, ਸੈਕਸ਼ਨ 463 ਦੇ ਅਧੀਨ ਹੋ ਗਿਆ। ਵੈਬ ਜੈਕਿੰਗ ਹੋ ਗਿਆ, ਇਹ ਪੁਰਾਣੇ ਮਤਲਬ ਪਹਿਲਾਂ ਇਹਦੇ ਅਧੀਨ ਆਉਂਦਾ ਸੀਗਾ ਹੈ ਨਾ। ਈਮੇਲ ਅਬਿਊਜ਼ ਹੋ ਗਿਆ, 500 ਦੇ ਅਧੀਨ ਹੋ ਗਿਆ, ਠੀਕ ਹੈ, ਸਾਰੇ ਯਾਦ ਕਰ ਲਿਓ। ਇੱਕ ਔਨਲਾਈਨ ਡਰੱਗ ਦੀ ਆਪਾਂ ਅਗਰ ਕੋਈ ਸੇਲ ਕਰਦੇ ਹਾਂ ਤਾਂ NDPC ਦੇ ਐਕਟ ਹੈਗਾ ਜੀ ਉਹਦੇ ਵਾਸਤੇ, ਆਮ ਐਕਟ ਵੀ ਹੈਗਾ ਕਾਹਦੇ ਵਾਸਤੇ, ਔਨਲਾਈਨ ਕੋਈ ਸੇਲ ਕਰਦਾ ਆਰਮਸ ਦੀ। ਤਾਂ ਕਹਿਣ ਦਾ ਭਾਵ ਕਿ ਸਾਰਿਆਂ ਨੂੰ ਇੱਕ ਵਾਰੀ ਨਿਗਾਹ ਮਾਰ ਲਿਓ, ਜਿਹੜੇ ਮੋਸਟ ਇੰਪੋਰਟੈਂਟ ਸੀ ਤੁਹਾਨੂੰ ਮੈਂ ਕਰਵਾਤੇ ਆ, ਅਤੇ ਆਈ ਹੋਪ ਤੁਹਾਨੂੰ ਸਾਰਾ ਕੁਝ ਇਹ ਸਮਝ ਆ ਗਿਆ ਹੋਊਗਾ। ਅਤੇ ਲਾਸਟ ਦੇ ਵਿੱਚ ਇੱਕ ਕੀ ਆ ਕਿ ਇਸ ਤੋਂ ਬਾਅਦ ਇੱਕ ਅਮੈਂਡਮੈਂਟ ਹੋਈ ਸੀਗੀ IT ਐਕਟ 2000 ਦੇ ਵਿੱਚ, ਉਹਨੂੰ ਕਿਹਾ ਜਾਂਦਾ ਜੀ IT ਐਕਟ ਅਮੈਂਡਮੈਂਟ 2008 ਕਿਹਾ ਜਾਂਦਾ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਯਾਦ ਕੀ ਰੱਖਣਾ ਰਾਜੇ, ਯਾਦ ਇਹੀ ਰੱਖਣਾ ਕਿ ਜਿਹੜਾ 23 ਦਸੰਬਰ 2008 ਨੂੰ ਕੀ ਹੋਇਆ ਸੀ ਰਾਜੇ, ਪਾਸ ਕੀਤਾ ਗਿਆ ਸੀ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ। ਅਤੇ ਇਹ ਜੇ ਮੰਨ ਲਓ, ਚਲੋ ਆਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਕਿ ਪ੍ਰੈਜੀਡੈਂਟ ਕੋਲ ਕਦੋਂ ਪਹੁੰਚੇ ਆ, ਮੇਨ ਆਹ ਯਾਦ ਰੱਖ ਲਿਓ ਵੀ ਇਹ ਨੋਟੀਫਾਈ ਕਦੋਂ ਹੋਇਆ, ਲਾਗੂ ਕਦੋਂ ਹੋਇਆ। ਇਹ ਮੋਸਟ ਇੰਪੋਰਟੈਂਟ ਹੈ, ਅਕਤੂਬਰ 27 ਅਕਤੂਬਰ 2009 ਨੂੰ ਲਾਗੂ ਹੋਇਆ, ਠੀਕ ਹੈ ਜੀ। 27 ਅਕਤੂਬਰ 2009 ਨੂੰ ਲਾਗੂ ਹੋਇਆ ਸੀਗਾ IT ਐਕਟ 2008। ਤਾਂ ਸ਼ੁਕਰੀਆ ਜੀ ਸਭ ਦਾ, ਬਹੁਤ ਬਹੁਤ ਧੰਨਵਾਦ। ਇਹ ਵੀਡੀਓ ਤੁਹਾਨੂੰ ਕਾਫੀ ਮਤਲਬ ਹੈਲਪ ਕਰੂਗੀ ਇਗਜ਼ਾਮ ਦੇ ਵਾਸਤੇ। ਅਤੇ ਜਲਦੀ ਮੈਂ ਤੁਹਾਨੂੰ ਕੱਲ੍ਹ ਨਾ ਇੱਕ ਦੋ ਵੀਡੀਓ ਹੋਰ ਦਊਂਗਾ। ਜਿਵੇਂ ਮੰਨ ਲਓ ਕਿ ਕਈ ਬੱਚਿਆਂ ਦੇ ਡਾਊਟ ਆ ਰਹੇ ਸੀਗੇ ਕਿ ਸਰ ਸਾਨੂੰ ਡਿਜੀਟਲ ਸਿਗਨੇਚਰ ਨਹੀਂ ਪਤਾ ਹੈਗੇ, ਅਤੇ ਜਾਂ ਫਿਰ ਕੀ ਆ ਆਪਣਾ ਵਾਰਮ ਅਤੇ ਵਾਇਰਸ ਦੇ ਵਿੱਚ ਫਰਕ ਨਹੀਂ ਪਤਾ ਲੱਗ ਰਿਹਾ। ਤਾਂ ਕੋਈ ਚੱਕਰ ਨਹੀਂ, ਚਿੰਤਾ ਨਹੀਂ ਕਰਨੀ, ਆਪਾਂ ਤੁਹਾਡੀ ਹੈਲਪ ਵਾਸਤੇ ਬੈਠੇ ਹਾਂ, ਅਤੇ ਕੂਲ ਮਾਇੰਡ ਹੋ ਕੇ ਜਾਣਾ, ਟੈਨਸ਼ਨ ਨਹੀਂ ਲੈਣੀ ਗੀ, ਠੀਕ ਹੈ ਜੀ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬੱਤ ਦਾ ਭਲਾ ਬਾਬਾ ਮਿਹਰ ਕਰੇ।